ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਵ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਆਦਿ ਨਿਰੰਜਨ ਹੈ ਗੁਰ ਨਾਨਕ ਧਾਰਕ ਮੂਰਤ ਹੈ ਜਾਗੇ ਆਇਓ ਇਹ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰ ਨਕਉ ਗੁਰ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ਼੍ਰੀ ਅੰਗਦ ਨਿਤ ਬੇਪਰਵਾਹ ਨੀਰ ਕਮਲ ਸਮਲੇਪ ਨਾ ਕਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗੇ ਅਟਲ ਪਤਤ ਪਾਵਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰੂ ਜੀਆਂ ਨੇ ਰਹਿਮਤ ਕੀਤੀ ਹੈ ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਆ ਆਪ ਗੁਰਮੁਖ ਮਾਈ ਭਾਈ ਸਤਿਗੁਰਾਂ ਦੇ ਪਾਵਨ ਪਵਿੱਤਰ ਕੀਰਤਨ ਦੀ ਦਾਤ ਸਰਵਣ ਕੀਤੀ ਹੈ ਆਓ ਹੁਣ ਕੁਝ ਸਮੇਂ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਆਪਾਂ ਹਰ ਰੋਜ਼ ਵਿਚਾਰਦੇ ਆ ਰਹੇ ਹਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਜੀਵਨੀ ਦੀ ਵਿਚਾਰ ਨੂੰ ਅੱਗੇ ਤੋਰੀਏ ਮਨ ਬਿਰਤੀਆਂ ਟਿਕਾਈਏ ਸਤਿਗੁਰਾਂ ਦੇ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਬੈਠੇ ਹਾਂ ਮਨ ਕਰਕੇ ਵੀ ਬੈਠੀਏ ਮਨ ਵੀ ਟਿਕਾਈਏ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਇਤਿਹਾਸ ਸਰਵਣ ਕਰੀਏ ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਅੰਗਦ ਨਿਤ ਬੇਪਰਵਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖੰਡੂਰ ਸਾਹਿਬ ਦੀ ਧਰਤੀ 'ਤੇ ਬਰਾਜੇ ਨੇ ਬੇਪਰਵਾਹ ਨੇ ਸਤਿਗੁਰੂ ਜੀ ਬੇਪਰਵਾਹ ਸਦਾ ਰੰਗ ਹਰ ਕਹਿ ਜਾ ਕੋ ਪਾਕ ਸੁਆਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਇਹ ਬਖਸ਼ਿਸ਼ ਕਰਦੀ ਹੈ
ਜਿਸ ਦਾ ਪੱਖ ਪਰਮਾਤਮਾ ਕਰੇ ਉਹ ਦੁਨੀਆ ਦੇ ਵੱਲੋਂ ਬੇਪਰਵਾਹ ਹੋ ਜਾਂਦਾ, ਉਸ ਨੂੰ ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦਾ ਭੈ ਜਾਂ ਡਰ ਨਹੀਂ ਰਹਿ ਜਾਂਦਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਨੇ, ਕਹਿੰਦੇ ਹਮੇਸ਼ਾ ਬੇਪਰਵਾਹ ਰਹਿੰਦੇ, ਦੁਨੀਆਦਾਰੀ ਦਾ ਕੋਈ ਭੈ ਕੋਈ ਡਰ ਨਹੀਂ ਹੈ। ਨੀਰ ਕਮਲ ਸਮ ਲੇਪ ਨਕਾ, ਇੱਕ ਉਦਾਹਰਣ ਹੈ, ਕਹਿੰਦੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਕਦੇ ਵੀ ਪਾਣੀ ਵਿੱਚ ਡੁੱਬਦਾ ਜਾਂ ਭਿੱਜਦਾ ਨਹੀਂ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਕਮਲ ਦੇ ਫੁੱਲ ਦੇ ਵਾਂਗ ਸੰਸਾਰ ਤੋਂ ਹਮੇਸ਼ਾ ਨਿਰਲੇਪ ਰਹਿੰਦੇ, ਹਮੇਸ਼ਾ ਅਸੰਗ ਰਹਿੰਦੇ ਹਨ। ਬੁਰੀ ਭਲੀ ਕੱਚ ਸੁਣੈ ਨਾ ਕਹੈ, ਕਿਸੇ ਦੇ ਨਾਲ ਕੋਈ ਬਚਨ ਬੁਰਾ ਭਲਾ ਨਾ ਕਹਿੰਦੇ ਅਤੇ ਨਾ ਸੁਣਦੇ। ਖਾਸ ਕਰਕੇ ਸਿੱਖਾਂ ਨੂੰ ਹਦਾਇਤ ਕੀਤੀ ਹੋਈ ਹੈ ਵੀ ਭਾਈ ਕਿਸੇ ਨੇ ਸੰਸਾਰ ਦੀ ਈਰਖਾ ਦਾ ਨਿੰਦਿਆ ਚੁਗਲੀ ਵਾਲਾ ਬਚਨ ਕੋਈ ਸਾਡੇ ਨੇੜੇ ਆ ਕੇ ਨਹੀਂ ਕਰਨਾ, ਅਤੇ ਨਾ ਹੀ ਕੋਈ ਸੰਸਾਰ ਦੇ ਧੰਦੇ ਦੀ ਗੱਲ ਕਰਨੀ ਹੈ। ਜਿਸ ਤਰ੍ਹਾਂ ਦਾ ਵੀ ਭੋਜਨ ਪ੍ਰਸ਼ਾਦਾ ਆ ਰਿਹਾ ਸੰਗਤਾਂ ਦੇ ਵੱਲੋਂ, ਉਹ ਬਣਾ ਕੇ ਅਤੇ ਸੰਗਤਾਂ ਨੂੰ ਛਕਾ ਦਿਆ ਕਰੋ। ਸਾਡੇ ਕੋਲ ਕੋਈ ਐਸੀ ਸੰਸਾਰ ਦੀ ਗੱਲ ਨਹੀਂ ਕਰਨੀ। ਕਹਿੰਦੇ ਬੁਰਾ ਜਾਂ ਭਲਾ ਬਚਨ, ਚੰਗਾ ਜਾਂ ਮਾੜਾ, ਨਾ ਕਿਸੇ ਨੂੰ ਕਹਿੰਦੇ ਤੇ ਨਾ ਹੀ ਕਿਸੇ ਦਾ ਬਚਨ ਇਸ ਤਰ੍ਹਾਂ ਦਾ ਸਰਵਣ ਕਰਦੇ ਸੁਣਦੇ ਹਨ। ਆਪਣੇ ਪਰਚੇ ਮਿਹਨਤ ਰਹੇ, ਹਮੇਸ਼ਾ ਆਪਣੇ ਖਿਆਲਾਤ ਦੇ ਵਿੱਚ, ਆਪਣੇ ਸਿਮਰਨ ਦੇ ਵਿੱਚ, ਆਪਣੇ ਧਿਆਨ ਦੇ ਵਿੱਚ ਟਿਕੇ ਰਹਿੰਦੇ ਹਨ। ਆਸ਼ਰਮ ਵਰਨ ਰੀਤ ਜੋ ਧਰਹੀ, ਕੁਝ ਲੋਕ ਖੰਡੂਰ ਸਾਹਿਬ ਦੇ ਵਿੱਚ ਐਸੇ ਨੇ ਜਿਹੜੇ ਆਸ਼ਰਮ ਦੀ ਵਿਚਾਰ ਕਰਦੇ ਨੇ, ਜਿਸ ਤਰ੍ਹਾਂ ਬਾਨਪ੍ਰਸਤੀ ਹੈ, ਗ੍ਰਿਸਤੀ ਇਤਿਆਦਿਕ ਨੇ ਆਸ਼ਰਮ ਮੰਨੇ ਜਾਂਦੇ ਨੇ। ਕੁਝ ਲੋਕ ਆਸ਼ਰਮ ਦੀ ਵਿਚਾਰ ਕਰਦੇ ਕਿ ਮੈਂ ਇਸ ਆਸ਼ਰਮ ਦੇ ਨਾਲ ਸੰਬੰਧਿਤ ਹਾਂ, ਮੈਂ ਸੰਗਤ ਵਿੱਚ ਨਹੀਂ ਜਾਵਾਂਗਾ। ਕੁਝ ਲੋਕ ਵਰਨ ਦੀ ਗੱਲ ਕਰਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸੇ ਚਾਰ ਵਰਨ ਨੇ, ਅਤੇ ਕੁਝ ਲੋਕ ਇਹਨਾਂ ਦੀ ਵਿਚਾਰ ਵੀ ਰੱਖਦੇ ਨੇ ਵੀ ਮੈਂ ਫਲਾਣੀ ਜਾਤ ਅਤੇ ਫਲਾਣੇ ਵਰਨ ਦੇ ਨਾਲ ਸੰਬੰਧਿਤ ਰੱਖਦਾ ਹਾਂ, ਮੈਂ ਸੰਗਤ ਵਿੱਚ ਕਿਉਂ ਜਾਵਾਂ। ਜਿਹੜਾ ਅਸੀਂ ਗੋਇੰਦਵਾਲ ਸਾਹਿਬ ਦਾ ਇਤਿਹਾਸ ਇਹ ਸਰਵਣ ਕਰਦੇ ਹਾਂ ਨਾ ਵੀ ਗੁਰੂ ਅਮਰਦਾਸ ਨੇ ਬਚਨ ਕੀਤੇ ਨੇ ਪਹਿਲੇ ਪੰਗਤ ਪਾਤਸ਼ਾਹ ਸੰਗਤ, ਉਹਦਾ ਕਾਰਨ ਵੀ ਇਹੋ ਹੀ ਹੈ ਜਿਹੜਾ ਕਵੀ ਜੀ ਨੇ ਇੱਥੇ ਲਿਖਿਆ। ਗੋਇੰਦਵਾਲ ਦੇ ਨੇੜੇ ਰਹਿਣ ਵਾਲੇ ਜਿਹੜੇ ਲੋਕ ਸਨ, ਸੋਢੀ ਸਨ ਜਾਂ ਜਿਹੜੇ ਖੱਤਰੀ ਸਨ, ਭੱਲੇ ਸਨ, ਤੇਹਣ ਸਨ, ਜਿਹੜੇ ਵੀ ਸਨ, ਉਹਨਾਂ ਨੇ ਕੀ ਆਉਣਾ, ਗੁਰੂ ਅੰਗਦ ਸਾਹਿਬ ਨੂੰ ਤਾਂ ਆ ਕੇ, ਗੁਰੂ ਅਮਰਦਾਸ ਮਹਾਰਾਜ ਨੂੰ ਤਾਂ ਆ ਕੇ ਮੱਥਾ ਟੇਕਣਾ, ਨਮਸਕਾਰ ਕਰਨੀ, ਨਾ ਸੰਗਤ ਵਿੱਚ ਬੈਠਣਾ ਨਾ ਪੰਗਤ ਵਿੱਚ ਬੈਠਣਾ, ਕਹਿਣਾ ਵੀ ਇਹ ਸ਼ੂਦਰ ਨੀਵੀਆਂ ਜਾਤਾਂ ਦੇ ਲੋਕ ਅਤੇ ਅਸੀਂ ਉੱਚੀ ਜਾਤ ਵਾਲੇ, ਉੱਚੇ ਵਰਨ ਵਾਲੇ, ਅਤੇ ਅਸੀਂ ਨਹੀਂ ਬੈਠਣਾ। ਅਤੇ ਜਦੋਂ ਗੁਰੂ ਦਾ ਉਪਦੇਸ਼ ਹੀ ਧਾਰਨ ਨਹੀਂ ਕਰਨਾ ਭਲਾ ਕਿਵੇਂ ਹੋਵੇਗਾ। ਆਉਣਾ ਸਤਿਗੁਰਾਂ ਦੇ ਦਰਸ਼ਨ ਕਰਕੇ ਚਲੇ ਜਾਣਾ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹਿ ਦਿੱਤੇ, ਕਹਿਣ ਲੱਗੇ ਪਹਿਲੇ ਪੰਗਤ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਸਾਡਾ ਸਿਧਾਂਤ ਵੀ ਧਾਰਨ ਕਰੇ। ਅਸੀਂ ਊਚ ਨੀਚ ਦਾ ਇਹ ਭੇਦ, ਇਹ ਭਰਮ ਜਿਹੜਾ ਨਾ ਜਾਤ ਪਾਤ ਦਾ ਵਿਤਕਰਾ, ਇਹ ਖਤਮ ਕਰਨਾ, ਦੂਰ ਕਰਨਾ ਹੈ, ਇੱਕੇ ਬਾਟੇ ਦੇ ਵਿੱਚ ਅੰਮ੍ਰਿਤ ਛਕਾਉਣਾ ਦਸਵੇਂ ਰੂਪ ਦੇ ਵਿੱਚ, ਅਤੇ ਉਸ ਚੀਜ਼ ਨੂੰ ਹੁਣੇ ਖਤਮ ਕਰਾਂਗੇ ਅਤੇ ਤਾਂ ਜਾ ਕੇ ਉਹ ਸਿਧਾਂਤ ਸਿਰੇ ਚੜ੍ਹੇਗਾ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਨੇ ਬਚਨ ਕਰ ਦਿੱਤਾ, ਕਹਿੰਦੇ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਗੱਫਾ ਪ੍ਰਸ਼ਾਦਾ ਛਕੇ, ਊਚ ਨੀਚ ਦਾ ਭੇਦ ਖਤਮ ਕਰੇ, ਜਾਤ ਪਾਤ ਵਰਣ ਵੰਡ ਦਾ ਉਹ ਸਾਡੇ ਦਰਸ਼ਨ ਕਰੇ। ਜਿਹਨੇ ਇਹ ਭੇਦ ਖਤਮ ਨਹੀਂ ਕਰਨਾ ਉਹਨੂੰ ਸਾਡੇ ਦਰਸ਼ਨ ਕਰਨ ਦੀ ਵੀ ਲੋੜ ਨਹੀਂ, ਉਹ ਸਾਡੇ ਦਰਸ਼ਨ ਵੀ ਫਿਰ ਨਾ ਕਰੇ।
ਅਤੇ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਉਹਨੂੰ ਲੰਗਰ ਦੇ ਵਿੱਚੋਂ ਦੀ ਹੋ ਕੇ ਦਰਵਾਜ਼ਾ ਅੱਗੇ 'ਤੇ ਜਾ ਕੇ ਸਤਿਗੁਰਾਂ ਦੇ ਜਾ ਕੇ ਉਹ ਦਰਸ਼ਨ ਕਰਦਾ, ਪਹਿਲਾਂ ਲੰਗਰ ਵਿੱਚੋਂ ਗੱਫਾ ਭੋਜਨ ਛਕ ਕੇ ਅਤੇ ਫਿਰ ਗੁਰੂ ਅਮਰਦਾਸ ਮਹਾਰਾਜ ਦਰਸ਼ਨ ਦਿੰਦੇ। ਪਹਿਲੇ ਪੰਗਤ ਪਾਤਸ਼ਾਹ ਸੰਗਤ ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੀਆਂ ਨੇ ਗੋਇੰਦਵਾਲ ਸਾਹਿਬ ਕੀਤਾ। ਉਹ ਕਰਨ ਦਾ ਕਾਰਨ ਇਹ ਹੈ ਵੀ ਗੁਰੂ ਅੰਗਦ ਸਾਹਿਬ ਦੇ ਕੋਲ ਵੀ ਆਉਂਦੀਆਂ ਨੇ ਸੰਗਤਾਂ ਦਰਸ਼ਨ ਕਰਨ ਵਾਸਤੇ, ਪਰ ਕਈ ਲੋਕ ਵਿੱਚ ਵਰਣ ਵੰਡ ਪਾ ਲੈਂਦੇ, ਮੇਰੀ ਤਾਂ ਫਲਾਣੀ ਜਾਤ ਹੈ, ਮੇਰੀ ਤਾਂ ਫਲਾਣੀ ਗੋਤ ਹੈ, ਮੈਂ ਤਾਂ ਫਲਾਣੇ ਧਰਮ ਦੇ ਨਾਲ ਜਾਂ ਵਰਣ ਦੇ ਨਾਲ ਸੰਬੰਧਿਤ ਹਾਂ। ਕਹਿੰਦੇ ਇਸ ਤਰ੍ਹਾਂ ਦੀ ਜਿਹੜੇ ਵਿਚਾਰ ਰੱਖਣ ਵਾਲੇ ਲੋਕ ਨੇ ਉਹ ਨਹੀਂ ਆਉਂਦੇ ਮਹਾਰਾਜ ਦੀ ਸੰਗਤ ਵਿੱਚ, ਉਹ ਆਸੇ ਪਾਸੇ ਹੀ ਰਹਿੰਦੇ ਹਨ। ਸੋ ਗੁਰ ਸੰਗਤ ਕੋ ਨਿਤ ਕਰੇ, ਇਹੋ ਜਿਹਾ ਜਿਹੜੇ ਲੋਕ ਨੇ ਨਾ ਉਹ ਗੁਰੂ ਦੀ ਸੰਗਤ ਨਹੀਂ ਕਰਨ ਵਾਸਤੇ ਆਉਂਦੇ, ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਨਹੀਂ ਬੈਠਦੇ, ਜਿਹੜੇ ਹਾਲੇ ਵੀ ਜਾਤ ਪਾਤ ਦੇ ਜੰਜਾਲ ਵਿੱਚ ਫਸੇ ਹੋਏ ਹਨ। ਇੱਕ ਸਮਾਨ ਆਸ਼ਰਮ ਔਰ ਧਰਮ, ਕਿਉਂਕਿ ਗੁਰੂ ਦੀ ਜਿਹੜੀ ਸੰਗਤ ਹੈ ਇਹਦੇ ਵਿੱਚ ਸਾਰੇ ਬਰਾਬਰ ਨੇ, ਭਾਵੇਂ ਕੋਈ ਆਸ਼ਰਮ ਹੈ, ਭਾਵੇਂ ਕੋਈ ਧਰਮ ਹੈ, ਭਾਵੇਂ ਕੋਈ ਵਰਨ ਹੈ, ਭਾਵੇਂ ਕੋਈ ਜਾਤ ਹੈ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਹਾਰਾਜ ਬਖਸ਼ਦੇ ਹਨ। ਸ਼੍ਰੀ ਗੁਰ ਕੇ ਇਨ ਤੇ ਨਹਿ ਭਰਮ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਇਹਨਾਂ ਚੀਜ਼ਾਂ ਤੋਂ ਨਹਿ ਭਰਮ ਨੇ, ਮਹਾਰਾਜ ਇਸ ਚੀਜ਼ ਦਾ ਭਰਮ ਨਹੀਂ ਕਰਦੇ ਵੀ ਇਹ ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ, ਕਿਹੜੀ ਗੋਤ ਦਾ ਹੈ। ਸਤਿਗੁਰੂ ਤੇ ਬਚਨ ਇਹ ਕਰਦੇ ਨੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ, ਉਹ ਤੇ ਗਰੀਬਾਂ ਨੂੰ ਨਵਾਜਣ ਵਾਲਾ ਹੈ। ਗਰੀਬ ਹੀ ਹੈ ਨਾ ਭਾਈ ਲਾਲੋ, ਤੇ ਨੀਵੀਂ ਜਾਤ ਦਾ ਉਸਨੂੰ ਸਮਝਿਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਜੇ ਸਾਰਿਆਂ ਤੋਂ ਪਹਿਲਾਂ ਨਵਾਜਿਆ ਤੇ ਭਾਈ ਲਾਲੋ ਦੇ ਘਰ ਜਾ ਕੇ ਉਹਦੇ ਤੇ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਸਾਹਿਬ ਦਾ ਉਹ ਸਿਧਾਂਤ ਜਿਹੜਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਲਾਗੂ ਕਰਦੇ ਪਏ, ਗੁਰੂ ਅਮਰਦਾਸ ਮਹਾਰਾਜ ਜੀ ਉਸ ਨੂੰ ਅੱਗੇ ਪੱਕਾ ਦ੍ਰਿੜ ਕਰਵਾਉਣਗੇ ਸੰਗਤਾਂ ਨੂੰ, ਅਤੇ ਦਸਵੇਂ ਪਾਤਸ਼ਾਹ ਫਰੀਕੇ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨਗੇ। ਇੱਥੇ ਕਵੀ ਜੀ ਬਚਨ ਕਰ ਰਹੇ ਨੇ, ਕਹਿਣ ਲੱਗੇ ਸਤਿਗੁਰੂ ਤੇ ਨੇਹੇ ਭਰਮ ਨੇ, ਉਹਨਾਂ ਨੂੰ ਭਰਮ ਨਹੀਂ ਹੈ ਇਹਨਾਂ ਗੱਲਾਂ ਦਾ, ਦੁਨੀਆਦਾਰੀ ਦੇ ਲੋਕ ਹਾਲੇ ਵੀ ਭਰਮਾਂ ਵਿੱਚ ਪਏ ਹੋਏ ਹਨ। ਮਾਟੀ ਕੇ ਬਾਸਨ ਕੋ ਦੇਖ, ਤੇ ਕਈ ਲੋਕ ਕਹਿੰਦੇ ਜੀ ਅਸੀਂ ਮਿੱਟੀ ਦੇ ਭਾਂਡੇ ਵਿੱਚ ਛਕਦੇ ਨਹੀਂ ਪ੍ਰਸ਼ਾਦਾ, ਘਰ ਦੇ ਵਿੱਚ ਸਾਡੇ ਕਹਿਣ ਦੇ ਬਰਤਨ ਨੇ, ਤਾਂਬੇ ਦੇ ਬਰਤਨ ਨੇ, ਚਾਂਦੀ ਦੇ ਬਰਤਨਾਂ ਵਿੱਚ ਅਸੀਂ ਛਕਦੇ ਹਾਂ ਭੋਜਨ, ਅਤੇ ਮਿੱਟੀ ਦੇ ਭਾਂਡਿਆਂ ਵਿੱਚ ਛਕਦੇ ਸ਼ੂਦਰ ਲੋਕ, ਅਤੇ ਅਸੀਂ ਇਹਦੇ ਵਿੱਚ ਗੱਫਾ ਪ੍ਰਸ਼ਾਦਾ ਨਹੀਂ ਛਕਾਂਗੇ। ਮਿਟੈ ਨਾ ਕਰਮ ਜੋ ਕਰਤ ਵਿਸ਼ੇਖ, ਮਿਲੇ ਹੈ ਨਾ ਕਰਮ, ਉਹ ਨਹੀਂ ਮਿਲਦੇ ਆ ਕੇ, ਕਿਉਂਕਿ ਉਹਨਾਂ ਦੇ ਵਿਸ਼ੇਸ਼ ਕਰਮ ਨੇ ਵੀ ਅਸੀਂ ਇਸ ਭਾਂਡੇ ਵਿੱਚ ਦਾਲ ਪ੍ਰਸ਼ਾਦਾ ਗੱਫਾ ਛਕਣਾ, ਇਸ ਤਰੀਕੇ ਦਾ ਤਿਆਰ ਹੋਇਆ ਛਕਣਾ। ਐਸੇ ਜਿਹੜੇ ਲੋਕ ਨੇ ਵੀ ਇਸ ਭਾਂਡੇ ਵਿੱਚ ਖਾਣਾ ਨਹੀਂ ਜਾਂ ਫਲਾਣੇ ਮਨੁੱਖ ਦਾ ਬਣਿਆ ਹੋਇਆ ਭੋਜਨ ਨਹੀਂ ਛਕਣਾ, ਉਹ ਫਿਰ ਲੋਕ ਆ ਕੇ ਮਹਾਰਾਜ ਨੂੰ ਨਹੀਂ ਮਿਲਦੇ ਹਨ। ਪ੍ਰੇਮ ਭਗਤ ਪਰਮੇਸ਼ਰ ਕੇਰੀ, ਕਿਉਂਕਿ ਪ੍ਰੇਮਾ ਭਗਤੀ ਜਿਹੜੀ ਪਰਮੇਸ਼ਰ ਦੀ ਹੈ, ਉਪਦੇਸ਼ ਇਹ ਮੁਖ ਹੈ ਵਡੇਰੀ, ਸਤਿਗੁਰਾਂ ਦਾ ਉਪਦੇਸ਼ ਹੈ ਭਾਈ, ਵਰਨ ਕੋਈ ਵੀ ਹੈ, ਜਾਤ ਕੋਈ ਵੀ ਹੈ, ਰੱਬ ਦਾ ਰਸਤਾ ਹੈ ਪ੍ਰੇਮ, ਜਿਹਨੇ ਉਸਨੂੰ ਮਿਲਣਾ ਹੈ ਉਹਦੇ ਹਿਰਦੇ ਵਿੱਚ ਪ੍ਰੇਮ ਹੋਣਾ ਚਾਹੀਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਹਿਰਦੇ ਵਿੱਚ ਪ੍ਰੇਮ ਨਹੀਂ ਤੇ ਤੇਰੀ ਜਾਤ ਤੇਰੀ ਵਿੱਦਿਆ ਤੈਨੂੰ ਕਿਤੇ ਪਾਸੇ ਲਾਵੇਗੀ ਨਹੀਂ, ਤਿੱਥੇ ਜਾਤ ਨਾ ਜੋਰ ਹੈ ਤਿੱਥੇ ਜੀਓ ਨਵੇ ਜੀਓ ਨਿਵੇ। ਮਹਾਰਾਜ ਜੀ ਬਖਸ਼ਿਸ਼ ਕਰਨ ਲੱਗੇ, ਕਹਿਣ ਲੱਗੇ ਭਾਈ ਉੱਥੇ ਜਾਤ ਦਾ ਜੋਰ ਨਹੀਂ, ਉੱਥੇ ਤਾਂ ਉਹਨਾਂ ਨੂੰ ਮੰਨਿਆ ਜਾਣਾ ਹੈ ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ ਕੇ, ਉਹ ਵਿਰਲੇ ਨੇ
ਜਿਹੜੇ ਪ੍ਰੇਮ ਦੀ ਖੇਡ ਨੂੰ ਖੇਡਦੇ ਨੇ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਐਸੇ ਜਿਹੜੇ ਲੋਕ ਗੁਰਮੁਖ ਹਨ ਉਹਨਾਂ ਨੂੰ ਉਪਦੇਸ਼ ਦਿੰਦੇ ਮਹਾਰਾਜ ਕਿ ਭਾਈ ਪ੍ਰੇਮਾ ਭਗਤੀ ਦੇ ਨਾਲ ਤਰੀਦਾ ਹੈ। ਲੋਕ ਵੇਦ ਕੁਲ ਕਰਮ ਪ੍ਰਚਾਰਾ, ਸੋ ਲੋਕਾਂ ਕੁਲ ਵੇਦ ਕੁਲ ਕਰਮਾਂ ਦੀ ਵਿਚਾਰ ਇਹ ਜੋ ਸਾਰਾ ਕੁਝ ਹੈ, ਕਰੇ ਨਹੀਂ ਅਰ ਭੈ ਨਹਿ ਧਾਰਾ, ਨਾ ਸਤਿਗੁਰੂ ਜੀ ਕਰਦੇ ਨੇ ਕਰਮਾਂ ਦੇ ਵਿੱਚ ਨਹੀਂ ਪੈਂਦੇ ਵੀ ਇਸ ਵੇਲੇ ਨਹਾਉਣਾ, ਇਸ ਵੇਲੇ ਖਾਣਾ, ਇਸ ਵੇਲੇ ਉੱਠਣਾ, ਇਸ ਵੇਲੇ ਆਹ ਕੰਮ ਕਰਨਾ, ਇਹਨਾਂ ਕਰਮਾਂ ਧਰਮਾਂ ਭਰਮਾਂ ਤੋਂ ਪਰੇ ਨੇ ਅਤੇ ਨਾ ਹੀ ਇਹਨਾਂ ਦੀ ਕੋਈ ਵਿਚਾਰ ਕਰਦੇ ਹਨ ਅਤੇ ਨਾ ਹੀ ਕੋਈ ਡਰ ਧਾਰਨ ਕਰਦੇ ਹਨ। ਜਾਂ ਤੇ ਲੋਕ ਸਮੀਪ ਨਾ ਆਵੇ, ਇਸ ਕਰਕੇ ਜਿਹੜੀ ਇਹੋ ਜਿਹੀ ਬਿਰਤੀ ਵਾਲੇ ਲੋਕ ਨੇ ਨਾ ਵੀ ਅਸੀਂ ਕਰਮ ਧਰਮ ਕਰਦੇ ਹਾਂ ਜਾਂ ਅਸੀਂ ਵਰਣ ਜਾਤ ਦੀ ਵਿਚਾਰ ਰੱਖਦੇ ਹਾਂ, ਊਚ ਨੀਚ ਦਾ ਭੇਦ ਰੱਖਦੇ ਹਾਂ, ਉਹ ਫਿਰ ਲੋਕ ਗੁਰੂ ਅੰਗਦ ਸਾਹਿਬ ਦੀ ਸੰਗਤ ਵਿੱਚ ਨਹੀਂ ਆਉਂਦੇ ਹਨ। ਦੇਖ ਦੂਰ ਤੇ ਸੀਸ ਨਿਵਾ, ਉਹ ਲੋਕ ਦੂਰੋਂ ਹੀ ਮਹਾਰਾਜ ਨੂੰ ਵੇਖ ਕੇ ਅਤੇ ਦੂਰੋਂ ਹੀ ਸਿਰ ਨੀਵਾਂ ਕਰਕੇ ਨਮਸਕਾਰ ਕਰਕੇ ਚਲੇ ਜਾਂਦੇ ਵੀ ਜੇ ਮਹਾਰਾਜ ਸਾਹਿਬ ਦੇ ਕੋਲ ਚਲੇ ਗਏ ਅਤੇ ਕਿਤੇ ਸਾਨੂੰ ਦੂਜਿਆਂ ਦੇ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਣ ਵਾਸਤੇ ਜਾਂ ਛਕਾਉਣ ਵਾਸਤੇ ਨਾ ਕਹਿ ਦੇਣ, ਕਹਿੰਦੇ ਫਿਰ ਉਹ ਦੂਰੋਂ ਹੀ ਸੀਸ ਨਵਾ ਕੇ ਤੁਰ ਜਾਂਦੇ ਹਨ। ਸੰਗਤ ਕਰੇ ਨਾ ਬੈਠੇ ਪਾਸ, ਉਹ ਲੋਕ ਫਿਰ ਸੰਗਤ ਨਹੀਂ ਕਰਦੇ ਤੇ ਨਾ ਕੋਲ ਬੈਠਦੇ ਹਨ। ਸੁਣੇ ਨਾ ਬਚਨ ਭਾਗ ਘਟ ਜਾਸ, ਕਵੀ ਜੀ ਕਹਿੰਦੇ ਉਹਨਾਂ ਦੇ ਭਾਗ ਹੀ ਮਾੜੇ ਨੇ, ਜਿਹਦੇ ਭਾਗ ਧੁਰ ਤੋਂ ਹੀ ਮੰਦੇ ਲਿਖੇ ਗਏ, ਉਹ ਲੋਕ ਗੁਰੂ ਅੰਗਦ ਸਾਹਿਬ ਦੀ ਸੰਗਤ ਵਿੱਚ ਨਹੀਂ ਆ ਰਹੇ, ਨਾ ਬੈਠਦੇ ਤੇ ਨਾ ਬਚਨ ਸੁਣਦੇ ਹਨ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਸਤਿਗੁਰੂ ਕਹਿਣ ਲੱਗੇ ਉਹਨਾਂ ਵਿਚਾਰਿਆਂ ਦੇ ਵੀ ਵੱਸ ਵਿੱਚ ਕੁਝ ਨਹੀਂ ਜਿਹੜੇ ਅੱਜ ਵੀ ਜਾਤ ਪਾਤ ਧਰਮ ਦੀ ਵਿਚਾਰ ਕਰਦੇ, ਊਚ ਨੀਚ ਦਾ ਭੇਦ ਸਮਝਦੇ, ਕਹਿੰਦੇ ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਦੇ ਭਾਗ ਹੀ ਮਾੜੇ ਨੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾ ਨਹੀਂ ਸਕੇ ਹਨ। ਸ਼੍ਰੀ ਨਾਨਕ ਕੀ ਸੰਗਤ ਜੇ, ਪਰ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰੇਰੀ ਹੋਈ ਸੰਗਤ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹਨ, ਦੂਰ ਦੂਰ ਤੇ ਆਵੇ ਤੇ, ਉਹ ਸੰਗਤਾਂ ਇਹ ਭਰਮ ਛੱਡ ਚੁੱਕੀਆਂ ਨੇ ਕਿਉਂਕਿ ਹਾਲੇ ਸਿੱਖੀ ਦਾ ਬਹੁਤਾ ਪ੍ਰਚਾਰ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਦੂਰ ਦੁਰਾਡੇ ਜਾ ਕੇ, ਅਤੇ ਕੁਝ ਇਲਾਕੇ ਐਸੇ ਨੇ ਜਿਹੜੇ ਗੁਰੂ ਦੀ ਮਹਿਮਾ ਨੂੰ ਜਾਣ ਨਹੀਂ ਸਕੇ, ਅਤੇ ਇਸ ਕਰਕੇ ਇਹ ਲੋਕ ਹਾਲੇ ਭਰਮਾਂ ਵਿੱਚ ਪਏ ਹੋਏ ਨੇ। ਪਰ ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਿਦਾਰੇ ਕਰ ਗਏ ਜਾਂ ਜਿਨ੍ਹਾਂ ਨੇ ਬਚਨ ਸਰਵਣ ਕੀਤੇ ਉਹਨਾਂ ਦੇ ਭਰਮ ਭੁਲੇਖੇ ਦੂਰ ਹੋ ਗਏ, ਉਹ ਸੰਗਤ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਅਤੇ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ। ਦਰਸ਼ਨ ਪਰਸੈ ਬਾਂਛਤ ਪਾਵੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਗੁਰਮੁਖ ਆ ਕੇ ਅਤੇ ਮਨ ਇੱਛਿਤ ਫਲ ਪ੍ਰਾਪਤ ਕਰਦੇ ਹਨ। ਬਹੁਰ ਆਪਣੇ ਸਦਨ ਸਿਧਾਵੇ, ਸਤਿਗੁਰਾਂ ਦੇ ਦਰਸ਼ਨ ਕਰਕੇ ਫਿਰ ਐਸੇ ਗੁਰਮੁਖ ਲੋਕ ਆਪੋ ਆਪਣੇ ਘਰਾਂ ਨੂੰ ਬਖਸ਼ਿਸ਼ਾਂ ਲੈ ਕੇ ਚਲੇ ਜਾਂਦੇ। ਉਤੋਂ ਚੌਧਰੀ ਤੁਸੀਂ ਗਰਾਉਂ, ਕਹਿੰਦੇ ਇਸੇ ਪਿੰਡ ਦੇ ਵਿੱਚ ਇੱਕ ਸਾਖੀ ਪ੍ਰਾਰੰਭ ਹੋਣ ਲੱਗੀ ਹੈ। ਕਹਿੰਦੇ ਖੰਡੂਰ ਸਾਹਿਬ ਦੇ ਵਿੱਚ ਇੱਕ ਚੌਧਰੀ ਰਹਿੰਦਾ ਹੈ, ਇਸੇ ਪਿੰਡ ਦੇ ਰਹਿਣ ਵਾਲਾ ਜਿੱਥੇ ਗੁਰੂ ਅੰਗਦ ਸਾਹਿਬ ਜੀ ਬਿਰਾਜੇ ਹਨ। ਆਓ ਭਗਤ ਕੋ ਲਖੈ ਨਾਉ, ਇਹਨੂੰ ਨਹੀਂ ਪਤਾ ਵੀ ਪ੍ਰੇਮਾ ਭਗਤੀ ਕੀ ਹੁੰਦੀ ਹੈ, ਭਗਤੀ ਕਿਵੇਂ ਕਰੀਦੀ ਹੈ, ਨਾਮ ਕਿਵੇਂ ਜਪੀਦਾ, ਸੇਵਾ ਸਿਮਰਨ ਕੀ ਹੁੰਦਾ, ਗੁਰੂ ਦੀ ਵਡਿਆਈ ਕੀ ਹੈ, ਸੰਗਤ ਦੀ ਵਡਿਆਈ ਕੀ ਹੈ, ਇਹ ਗੱਲਾਂ ਤੇ ਬਿਲਕੁਲ ਵੀ ਇਸ ਚੌਧਰੀ ਨੂੰ ਪਤਾ ਨਹੀਂ ਹਨ। ਨਿਤਾ ਪ੍ਰਤੀ ਬਹੁਤ ਮਦਪਾਨੀ, ਕਹਿੰਦੇ ਹਰ ਰੋਜ਼ ਇਹ ਜਿਹੜਾ ਚੌਧਰੀ ਹੈ ਨਾ ਸ਼ਰਾਬ ਬੜੀ ਪੀਂਦਾ ਹੈ, ਭਰ ਭਰ ਕੇ ਪਿਆਲੇ ਸ਼ਰਾਬ ਦੇ, ਦਿਨੇ ਰਾਤ ਡੱਕਿਆ ਰਹਿੰਦਾ, 24 ਘੰਟੇ ਝੂਮਦਾ ਰਹਿੰਦਾ, ਕਹਿੰਦੇ ਸ਼ਰਾਬ ਦੇ ਨਸ਼ੇ ਵਿੱਚ ਹਰ ਵੇਲੇ ਚੌਧਰੀ ਗਲਤਾਨ ਰਹਿੰਦਾ ਹੈ। ਸਭ ਕੋ ਬਕੈ ਖੋਟ ਬੱਡ ਬਾਨੀ, ਜਦੋਂ ਪੀ ਲੈਂਦਾ ਸ਼ਰਾਬ ਤੇ ਫਿਰ ਚੜ੍ਹ ਜਾਂਦਾ ਘੋੜੇ ਦੇ ਉੱਪਰ, ਸ਼ਰਾਬ ਦੇ ਘੋੜੇ ਦੇ ਉੱਪਰ, ਨਸ਼ੇ ਦੇ ਘੋੜੇ ਦੇ ਉੱਪਰ ਚੜ੍ਹ ਕੇ
ਅਤੇ ਲੋਕਾਂ ਨੂੰ ਫਿਰ ਗਾਲਾਂ ਦਿੰਦਾ, ਮਾੜਾ ਬੋਲਦਾ, ਗਲੀ ਵਿੱਚ ਆਉਣ ਜਾਣ ਵਾਲੇ ਨੂੰ ਉੱਚੀ ਉੱਚੀ ਗਾਲਾਂ ਦਿੰਦਾ, ਪਰਿਵਾਰ ਨੂੰ ਗਾਲਾਂ ਦਿੰਦਾ, ਮਾੜੇ ਬਚਨ ਬੋਲਦਾ। ਐਸੇ ਕਹਿੰਦੇ ਦੁਸ਼ਟ ਸੁਭਾਅ ਦਾ ਇਹ ਚੌਧਰੀ ਖਡੂਰ ਸਾਹਿਬ ਦੇ ਵਿੱਚ ਰਹਿੰਦਾ ਹੈ। ਮਿਰਗੀ ਰੋਗ ਹੁਤੋ ਤੇ ਸੁਭਾਰੀ, ਪਰ ਨਾਲ ਇਹਨੂੰ ਮਿਰਗੀ ਦਾ ਦੌਰਾ ਵੀ ਪੈਂਦਾ। ਮਿਰਗੀ ਦਾ ਰੋਗ ਹੈ ਅਤੇ ਹਰ ਵੇਲੇ ਜਦੋਂ ਕਿਤੇ ਨਸ਼ਾ ਜ਼ਿਆਦਾ ਕਰ ਲੈਂਦਾ ਅਤੇ ਮਿਰਗੀ ਦੇ ਦੌਰੇ ਦੇ ਨਾਲ ਫਿਰ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਕਰਦਾ ਹੈ। ਵਿਆਕੁਲ ਕਰੈ ਉੱਠੈ ਜਿਸ ਵਾਰੀ, ਜਿਸ ਵੇਲੇ ਰੋਗ ਉੱਠਦਾ ਨਾ, ਦੌਰਾ ਪੈਂਦਾ, ਮਿਰਗੀ ਦੀ ਪੀੜਾ ਉੱਠਦੀ ਹੈ ਅਤੇ ਫਿਰ ਬੜਾ ਤੰਗ ਹੁੰਦਾ ਉਸ ਵੇਲੇ, ਬੜੀਆਂ ਚੀਕਾਂ ਕੂਕਾਂ ਮਾਰਦਾ, ਉਸ ਵੇਲੇ ਮਲ ਮੂਤਰ ਵਿੱਚੇ ਹੀ ਨਿਕਲ ਜਾਂਦਾ ਅਤੇ ਬਹੁਤ ਜ਼ਿਆਦਾ ਦੁਖੀ ਹੁੰਦਾ ਦਰਦ ਦੇ ਨਾਲ। ਇੱਕ ਦਿਵਸ ਤਿਸਕੇ ਮਨ ਆਈ, ਇੱਕ ਦਿਨ ਬੈਠਿਆਂ ਬੈਠਿਆਂ ਦੇ ਮਨ ਵਿੱਚ ਐਸੀ ਵਿਚਾਰ ਆ ਗਈ, ਮਨ ਵਿੱਚ ਇਸ ਤਰ੍ਹਾਂ ਇਸਨੇ ਸੋਚਿਆ ਹੈ, ਸੁਣ ਪਿਖ ਸ਼੍ਰੀ ਅੰਗਦ ਵਡਿਆਈ। ਇਸਨੇ ਸੁਣੀ ਸੀ ਗੁਰੂ ਅੰਗਦ ਸਾਹਿਬ ਦੀ ਵਡਿਆਈ, ਕਿਉਂਕਿ ਉਸੇ ਪਿੰਡ ਵਿੱਚ ਤੇ ਰਹਿੰਦਾ, ਆਂਢੀਆਂ ਗੁਆਂਢੀਆਂ ਦੇ ਕੋਲੋਂ ਜਿਹੜੇ ਆਉਣ ਜਾਣ ਵਾਲੇ ਨੇ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ, ਉਹਨਾਂ ਦੇ ਕੋਲੋਂ ਮਹਾਰਾਜ ਦੀ ਵਡਿਆਈ ਸੁਣਦਾ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਜਿਹੜੇ ਬਚਨ ਕਰਦੇ ਨੇ ਉਹ ਪੂਰੇ ਹੁੰਦੇ ਨੇ। ਕੁਝ ਵਡਿਆਈ ਇਸਨੇ ਅੱਖਾਂ ਦੇ ਨਾਲ ਵੀ ਵੇਖੀ ਹੈ, ਕਿਉਂਕਿ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ, ਅਤੇ ਆਪਣੇ ਮਨ ਵਿੱਚ ਸੋਚਦਾ ਵੀ ਇਹ ਲੋਕ ਸ਼ਦਾਈ ਨਹੀਂ ਜਿਹੜੇ ਇੰਨੀ ਦੂਰੋਂ ਚੱਲ ਕੇ ਆਉਂਦੇ ਨੇ, ਕੁਝ ਮਿਲਦਾ ਹੈ ਅਤੇ ਤਾਂ ਹੀ ਆਉਂਦੇ ਨੇ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਵਡਿਆਈ ਇਸਨੇ ਸੁਣੀ ਅਤੇ ਵੇਖੀ ਵੀ ਹੈ। ਤਬ ਸਮੀਪ ਗੁਰ ਕੇ ਚੱਲ ਆਇਓ, ਇੱਕ ਦਿਨ ਮਨ ਬਣਾ ਕੇ ਅਤੇ ਗੁਰੂ ਪਾਤਸ਼ਾਹ ਦੇ ਕੋਲ ਆ ਗਿਆ ਇਹ ਜਿਹੜਾ ਚੌਧਰੀ ਹੈ ਖਡੂਰ ਸਾਹਿਬ ਦਾ, ਅਤੇ ਮਹਾਰਾਜ ਸਾਹਿਬ ਦੇ ਕੋਲ ਆ ਕੇ ਕਹਿਣ ਲੱਗਾ ਹੈ, ਆਪਣੋ ਸਰਬ ਬਿਰਤਾਂਤ ਸੁਣਾਇਓ। ਇਹਨੇ ਆਪਣਾ ਸਾਰਾ ਬਿਰਤਾਂਤ, ਜਿਹੜਾ ਦੁੱਖ ਵਾਲਾ ਪ੍ਰਸੰਗ ਸੀ, ਸਾਰਾ ਸੁਣਾਇਆ ਕਿ ਮਹਾਰਾਜ ਮੈਂ ਸ਼ਰਾਬ ਬੜੀ ਪੀਂਦਾ ਹਾਂ, ਮਿਰਗੀ ਦਾ ਮੈਨੂੰ ਰੋਗ ਹੈ ਅਤੇ ਰੋਗ ਦੇ ਨਾਲ ਮੈਨੂੰ ਬੜੀ ਪੀੜਾ ਹੁੰਦੀ ਹੈ, ਮੈਂ ਬੜਾ ਦੁਖੀ ਹਾਂ। ਜੋ ਜੋ ਵੀ ਇਹਦੇ ਮਨ ਦੇ ਵਿੱਚ ਭੇਦ ਸਨ ਉਹ ਸਾਰੇ ਇਸਨੇ ਆਪਣੇ ਮਹਾਰਾਜ ਸਾਹਿਬ ਜੀ ਨੂੰ ਦੱਸ ਦਿੱਤੇ ਹਨ। ਆਪ ਤਪਾ ਜੀ ਪਰਮ ਕਿਰਪਾਲੂ, ਤੇ ਸਤਿਗੁਰੂ ਜੀ ਤੁਸੀਂ ਉਹ ਵੱਡੇ ਕਿਰਪਾਲੂ, ਬਖਸ਼ਿਸ਼ ਕਰਨ ਵਾਲੇ, ਰਹਿਮਤ ਕਰਨ ਵਾਲੇ, ਰੋਗੀਆਂ ਦੇ ਰੋਗ ਕੱਟਣ ਵਾਲੇ ਹੋ, ਨਾਸ ਕਰਨ ਵਾਲੇ ਹੋ, ਸਤਿਗੁਰੂ ਜੀ ਮੇਰੇ 'ਤੇ ਵੀ ਕਿਰਪਾ ਕਰੋ। ਸਭ ਭਾਖੈ ਤੁਮ ਸੁਜਸ ਵਿਸਾਲ, ਸੋ ਆ ਕੇ ਕਹਿ ਰਿਹਾ ਸਤਿਗੁਰੂ ਜੀ ਨੂੰ, ਕਹਿਣ ਲੱਗਾ ਸਾਰੀ ਦੁਨੀਆ ਤੁਹਾਡਾ ਜਸ ਕਰਦੀ ਹੈ, ਜਿਹਨੂੰ ਜਿਹਨੂੰ ਵੀ ਮੈਂ ਮਿਲਿਆ ਹਾਂ ਉਹ ਸਾਰੇ ਤੁਹਾਡੀ ਵਡਿਆਈ ਕਰਦੇ ਵੀ ਗੁਰੂ ਅੰਗਦ ਸਾਹਿਬ ਬੜੇ ਕਿਰਪਾਲੂ ਨੇ, ਰੋਗੀਆਂ ਦੇ ਰੋਗ ਕੱਢਦੇ, ਦੁਖੀਆਂ ਦੇ ਦੁੱਖ ਕੱਢਦੇ ਨੇ, ਅਤੇ ਬੜੇ ਸਤਿਕਾਰ ਦਿੰਦੇ ਨੇ ਸੰਗਤਾਂ ਨੂੰ, ਬੜਾ ਪਿਆਰ ਦਿੰਦੇ, ਮਾਣ ਵੀ ਦਿੰਦੇ ਨੇ। ਮਹਾਰਾਜ ਮੈਂ ਐਸੀ ਵਡਿਆਈ ਸੁਣ ਕੇ ਤੁਹਾਡੇ ਦਰ 'ਤੇ ਪਹੁੰਚਿਆ ਹਾਂ। ਰੋਗ ਅਦਕ ਮੇਰਾ ਧਨ ਮਾਹੀ, ਸਤਿਗੁਰੂ ਜੀ ਮੇਰੇ ਨੂੰ ਬੜਾ ਵੱਡਾ ਰੋਗ ਲੱਗਾ ਹੈ, ਬਿਮਾਰੀ ਲੱਗੀ ਹੋਈ ਹੈ, ਅਤੇ ਇਸ ਪੀੜਾ ਦੇ ਨਾਲ ਮੈਂ ਬੜਾ ਵਿਆਕੁਲ ਰਹਿੰਦਾ ਹਾਂ। ਕਰੋ ਕਿਰਪਾ ਜਿਮ ਇਹੋ ਮਿਟ ਜਾਈ, ਸਤਿਗੁਰੂ ਕਿਰਪਾ ਕਰੋ ਮੇਰੇ ਉੱਪਰ ਵੀ ਇਹ ਮੇਰਾ ਰੋਗ ਮਿਟ ਜਾਵੇ, ਮੇਰੀ ਇਹ ਬਿਮਾਰੀ ਦੂਰ ਹੋ ਜਾਵੇ। ਤੁਹਾਡੇ ਬਚਨਾਂ ਦੇ ਨਾਲ ਤਾਂ ਸਾਰਾ ਕੁਝ ਸੰਭਵ ਹੈ, ਤੁਸੀਂ ਤਾਂ ਜੋ ਚਾਹੋ ਕਰ ਸਕਦੇ ਹੋ, ਤੇ ਮੇਰੇ ਤੇ ਰਹਿਮਤ ਕਰਕੇ ਮੇਰਾ ਰੋਗ ਘਟਦੇ ਨਾ ਕਰੋ। ਤਬ ਪ੍ਰਤੀਤ ਉਰ ਮੋਕੋ ਆਵੇ, ਕਹਿਣ ਲੱਗਾ ਵੀ ਹਾਲੇ ਤੇ ਮੈਂ ਤੁਹਾਡਾ ਜਸ ਲੋਕਾਂ ਦੇ ਕੋਲੋਂ ਸੁਣਿਆ ਹੈ, ਫਿਰ ਮੈਨੂੰ ਪੱਕਾ ਭਰੋਸਾ ਆ ਜਾਵੇਗਾ ਜਦੋਂ ਮੇਰਾ ਕੋਈ ਇਲਾਜ ਹੋਵੇਗਾ, ਜਦੋਂ ਮੈਨੂੰ ਕੋਈ ਫਰਕ ਪਵੇਗਾ, ਜਦੋਂ ਮੈਨੂੰ ਕੋਈ ਸੁੱਖ ਮਿਲੇਗਾ। ਜਿਹੜੀਆਂ ਲੋਕਾਂ ਦੇ ਕੋਲੋਂ ਤੁਹਾਡੀਆਂ ਮੈਂ ਵਡਿਆਈਆਂ ਸੁਣੀਆਂ, ਫਿਰ ਮੈਨੂੰ ਭਰੋਸਾ ਆਵੇਗਾ ਵੀ ਵਾਕਿਆ ਹੀ ਤੁਸੀਂ ਬੜੇ ਕਿਰਪਾਲੂ ਉਹ, ਤੁਹਾਡੇ ਬਚਨ ਪੂਰੇ ਹੁੰਦੇ ਨੇ, ਫਿਰ ਮੈਨੂੰ ਪੱਕਾ ਭਰੋਸਾ ਵੱਜੇਗਾ ਜਦੋਂ ਮੈਨੂੰ ਇਹ ਬਖਸ਼ਿਸ਼ ਮਿਲੇਗੀ। ਜਿਵੇਂ ਉਹ ਕੀਰਤ ਬ੍ਰਿੰਦ ਸੁਣਾਵੇ, ਜਿਵੇਂ ਬਹੁਤੇ ਲੋਕ ਤੁਹਾਡੀ ਵਡਿਆਈ ਕਰਦੇ ਨੇ, ਜਸ ਕਰਦੇ ਨੇ, ਫਿਰ ਮੈਨੂੰ ਉਸ ਜਸ ਦੇ ਉੱਪਰ, ਵਡਿਆਈ ਦੇ ਉੱਪਰ ਭਰੋਸਾ ਆਵੇਗਾ।
ਪਰ ਆਵੇਗਾ ਉਦੋਂ ਜਦੋਂ ਤੁਸੀਂ ਮੇਰਾ ਇਹ ਰੋਗ ਇਹ ਦੁੱਖ ਦੂਰ ਕਰ ਦੇਵੋਗੇ। ਸੁਣ ਕਿਰਪਾਲੂ ਇਹ ਬਾਕ ਬਖਾਨਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਇਸ ਸ਼ਰਾਬੜ ਬੰਦੇ ਦੇ ਸੁਣੇ ਬਚਨ ਚੌਧਰੀ ਦੇ, ਅਤੇ ਮਹਾਰਾਜ ਸਾਹਿਬ ਜੀ ਕਿਰਪਾਲੂ ਨੇ, ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਉਹਦਾ ਭਲਾ ਕਰਦੇ। ਸਤਿਗੁਰੂ ਜੀ ਸੁਣ ਕੇ ਬਚਨ ਤੇ ਇਸ ਤਰ੍ਹਾਂ ਕਹਿਣ ਲੱਗੇ ਹਨ, ਜੇਕਰ ਤਿਆਗ ਦੇਹੇ ਮਦਪਾਨ। ਮਹਾਰਾਜ ਕਹਿੰਦੇ ਇੱਕ ਬਚਨ ਤੈਨੂੰ ਦੇਵਾਂਗੇ ਤੇ ਇੱਕ ਬਚਨ ਤੇਰੇ ਕੋਲੋਂ ਲਵਾਂਗੇ ਭਾਈ, ਜੇ ਮਨਜ਼ੂਰ ਹੈ ਤੇ ਫਿਰ ਅਸੀਂ ਤੇਰਾ ਇਹ ਦੁੱਖ ਦੂਰ ਕਰ ਸਕਦੇ। ਬਚਨ ਕੀ ਹੈ? ਬਚਨ ਇਹ ਹੈ ਤੂੰ ਸਾਨੂੰ ਇਹ ਬਚਨ ਦੇ ਵੀ ਤੂੰ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵੇਂਗਾ, ਇਹ ਨਸ਼ਾ ਨਹੀਂ ਕਰੇਂਗਾ, ਇਹ ਬਰਬਾਦੀ ਦਾ ਕਾਰਨ ਹੈ, ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦਾ, ਜਿਹੜਾ ਪੀਂਦਾ ਉਹਦੀ ਤਾਂ ਤਬਾਹ ਹੁੰਦੀ ਹੈ, ਬਾਕੀ ਪਰਿਵਾਰ ਦੇ ਵੀ ਸਾਰੀਆਂ ਸੁੱਖ ਸਹੂਲਤਾਂ ਖਤਮ ਹੋ ਜਾਂਦੀਆਂ, ਕਲੇਸ਼ ਰਹਿੰਦਾ ਘਰ ਦੇ ਵਿੱਚ, ਹਮੇਸ਼ਾ ਝਗੜਾ ਰਹਿੰਦਾ। ਇਹ ਜਿਹੜਾ ਨਸ਼ਾ ਹੈ ਕਦੇ ਕਿਸੇ ਨੂੰ ਪ੍ਰਫੁੱਲਤ ਨਹੀਂ ਕਰਦਾ, ਜਿਹਨੂੰ ਵੀ ਕਰਦਾ ਉਜਾੜਦਾ ਹੈ, ਜਿਹਨੂੰ ਵੀ ਕਰਦਾ ਉਹਦਾ ਖਾਤਮਾ ਹੀ ਕਰਦਾ। ਇਹ ਨਸ਼ਾ ਕਰਨਾ ਚੰਗੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਬਚਨ ਦੇ ਸਾਨੂੰ ਵੀ ਅੱਜ ਤੋਂ ਬਾਅਦ ਤੂੰ ਸ਼ਰਾਬ ਨਹੀਂ ਪੀਵੇਂਗਾ, ਜੇ ਤੇ ਬਚਨ ਤੂੰ ਮੰਨ ਲੈਣਾ ਕਰੇਂਗਾ। ਮਿਰਗੀ ਬੋਹਰ ਨਾ ਉੱਠੇ ਕਦਾਈ। ਸਤਿਗੁਰੂ ਕਹਿੰਦੇ ਇੱਕ ਬਚਨ ਅਸੀਂ ਤੈਨੂੰ ਦਿੰਦੇ ਹਾਂ ਵੀ ਤੈਨੂੰ ਅੱਜ ਤੋਂ ਬਾਅਦ ਕਦੇ ਮਿਰਗੀ ਨਹੀਂ ਪਵੇਗੀ, ਇੱਕ ਬਚਨ ਤੂੰ ਸਾਨੂੰ ਦੇ ਵੀ ਤੂੰ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵੇਂਗਾ। ਬਚਨ ਤੈਨੂੰ ਅਸੀਂ ਆਪਣੇ ਕੋਲੋਂ ਇੱਕ ਦਿੰਦੇ ਹਾਂ ਵੀ ਤੈਨੂੰ ਅੱਜ ਤੋਂ ਬਾਅਦ ਮਿਰਗੀ ਨਹੀਂ ਪਵੇਗੀ, ਜਿੰਨਾ ਚਿਰ ਤੂੰ ਆਪਣੇ ਬਚਨ ਦੇ ਉੱਪਰ ਕਾਇਮ ਰਹੇਗਾ ਅਸੀਂ ਆਪਣੇ ਬਚਨ 'ਤੇ ਕਾਇਮ ਰਹਾਂਗੇ, ਤੇਰਾ ਦੁੱਖ ਹਮੇਸ਼ਾ ਦੂਰ ਰਹੇਗਾ, ਅਤੇ ਜਦੋਂ ਬਚਨ ਤੂੰ ਭੁੱਲੇਗਾ ਉਦੋਂ ਫਿਰ ਤੈਨੂੰ ਉਹਦਾ ਜਿਹੜਾ ਦੰਡ ਪ੍ਰਾਪਤ ਹੋਵੇਗਾ। ਤਨ ਅਰੋਗ ਤੇਰੋ ਹੋਏ ਜਾਈ। ਸਤਿਗੁਰੂ ਕਹਿੰਦੇ ਤੇਰਾ ਇਹ ਜਿਹੜਾ ਤਨ ਸਰੀਰ ਹੈ ਨਾ ਅਰੋਗ ਹੋ ਜਾਵੇਗਾ, ਨਹੀਂ ਮਿਰਗੀ ਦਾ ਰੋਗ ਰਹੇਗਾ, ਤੂੰ ਤੰਦਰੁਸਤ ਰਹੇਗਾ ਜਿੰਨਾ ਚਿਰ ਮੂੰਹ ਦੇ ਵਿੱਚ ਸ਼ਰਾਬ ਦੀ ਘੁੱਟ ਨਹੀਂ ਭਰੇਗਾ। ਜੇ ਆਇਸ ਉਲੰਘੇ ਕਿਤ ਕਾਲਾ। ਨਾਲ ਹੀ ਮਹਾਰਾਜ ਨੇ ਸਾਵਧਾਨ ਵੀ ਕੀਤਾ, ਕਹਿੰਦੇ ਚੌਧਰੀ ਸਾਵਧਾਨ, ਬਚਨ ਜੇ ਸਾਡਿਆਂ ਦੇ ਨਾਲ ਦੁੱਖ ਦੂਰ ਹੋ ਸਕਦਾ ਤੇ ਆ ਵੀ ਸਕਦਾ ਹੈ, ਪਰ ਇੱਕ ਬਚਨ ਚੰਗੀ ਤਰ੍ਹਾਂ ਪੱਲੇ ਬੰਨ ਲੈ ਵੀ ਜੇ ਕਿਸੇ ਵੇਲੇ ਤੂੰ ਆਪਣਾ ਬਚਨ ਭੁੱਲ ਗਿਆ, ਇਹ ਜਿਹੜਾ ਸਾਨੂੰ ਦਿੱਤਾ ਹੈ ਵੀ ਸ਼ਰਾਬ ਨਹੀਂ ਪੀਂਦਾ, ਜੇ ਤੂੰ ਇਹ ਬਚਨ ਤੋੜ ਦਿੱਤਾ ਤੇ ਕਿਸੇ ਵੇਲੇ ਤੂੰ ਸ਼ਰਾਬ ਪੀ ਲਈ ਤੇ ਮਹਾਰਾਜ ਕਹਿੰਦੇ ਫਿਰ ਸੁਣ ਲੈਣਾ ਕਰ। ਕਰੇ ਪਾਨ ਮਤ ਹੋਏ ਨਟਾਲਾ। ਤੇ ਉਸ ਵੇਲੇ ਪਾਤਸ਼ਾਹ ਜੀ ਕਹਿਣ ਲੱਗੇ ਕਰੇ ਪਾਨ ਮਤ, ਜੇ ਤੂੰ ਇਸ ਸ਼ਰਾਬ ਨੂੰ ਪੀਵੇਂਗਾ ਅਤੇ ਕਹਿਣ ਲੱਗੇ ਉਸ ਵੇਲੇ ਫਿਰ ਟਾਲਾ ਨਹੀਂ ਹੋਵੇਗਾ, ਫਿਰ ਮਿਰਗੀ ਵੀ ਰੁਕੇਗੀ ਨਹੀਂ, ਜੇ ਤੂੰ ਬਚਨ ਆਪਣਾ ਤੋੜੇਗਾ ਤੇ ਮਿਰਗੀ ਦਾ ਰੋਗ ਵੀ ਫਿਰ ਰੁਕੇਗਾ ਨਹੀਂ। ਤਬ ਮਿਰਗੀ ਹੋਵੇ ਤਨ ਆਨ। ਸਤਿਗੁਰੂ ਕਹਿੰਦੇ ਫਿਰ ਤੇਰੇ ਸਰੀਰ ਨੂੰ ਮਿਰਗੀ ਦਾ ਦੌਰਾ ਪਵੇਗਾ, ਰੋਗ ਆ ਕੇ ਪ੍ਰਾਪਤ ਹੋਵੇਗਾ। ਜਿਸ ਤੇ ਬਿਨਸ ਜਾਏ ਤਬ ਪ੍ਰਾਨ। ਮਹਾਰਾਜ ਕਹਿੰਦੇ ਫਿਰ ਜਾਨ ਨਿਕਲ ਜਾਵੇਗੀ, ਜਾਨ ਨਹੀਂ ਰਹੇਗੀ, ਤੂੰ ਮਰ ਜਾਵੇਂਗਾ ਚੌਧਰੀ ਜੇ ਬਚਨ ਤੋੜੇਗਾ, ਬਚਨ ਤੇਰੇ ਨਾਲ ਸਾਡਾ ਹੋ ਗਿਆ ਵੀ ਤੈਨੂੰ ਮਿਰਗੀ ਨਹੀਂ ਪਵੇਗੀ, ਤੰਦਰੁਸਤ ਹੋ ਜਾਵੇਂਗਾ, ਪਰ ਇਹ ਬਚਨ ਉਹਨਾਂ ਚਿਰ ਹੈ ਜਿੰਨਾ ਚਿਰ ਤੂੰ ਬਚਨ ਦੇ ਉੱਪਰ ਪੱਕਾ ਰਵੇਂਗਾ, ਜੇ ਤੂੰ ਬਚਨ ਤੋੜਿਆ ਤਾਂ ਸਤਿਗੁਰੂ ਕਹਿਣ ਲੱਗੇ ਫਿਰ ਮਿਰਗੀ ਦਾ ਇਹੋ ਜਿਹਾ ਦੌਰਾ ਪਵੇਗਾ, ਤੇਰੀ ਜਾਨ ਨਿਕਲ ਜਾਵੇਗੀ, ਮਰ ਜਾਵੇਂਗਾ ਤੂੰ, ਜੇ ਜਾਨ ਪਿਆਰੀ ਹੈ ਤੇ ਬਚਨ ਦੇ ਉੱਪਰ ਫਿਰ ਦ੍ਰਿੜ ਕਰਕੇ ਰਵੀ, ਭਰੋਸਾ ਰੱਖਣਾ ਕਰ। ਸੁਣ ਬੰਦਨ ਕਰ ਸਦਨ ਸਿਧਾਰ। ਸੁਣ ਕੇ ਮਹਾਰਾਜ ਦੇ ਬਚਨ ਚੌਧਰੀ ਕਹਿਣ ਲੱਗਾ ਮਹਾਰਾਜ ਜੇ ਮੇਰਾ ਰੋਗ ਦੂਰ ਹੋ ਜਾਵੇ ਤੇ ਮੈਂ ਕਿਉਂ ਇਹ ਸ਼ਰਾਬ ਪੀਣੀ ਹੈ, ਖੋਟਾ ਪਾਣੀ ਸ਼ਰਾਰਤ ਦਾ ਕਿਉਂ ਪੀਣਾ, ਸ਼ਰਾਬ ਤੋਂ ਭਾਵ ਸ਼ਰਾਰਤ ਦਾ ਪਾਣੀ ਜਿਹਨੂੰ ਪੀ ਕੇ ਸ਼ਰਾਰਤਾਂ ਸੁੱਜਣ,
ਕਹਿਣ ਲੱਗਾ ਮਹਾਰਾਜ ਮੈਂ ਨਹੀਂ ਪੀਵਾਂਗਾ, ਕਹਿ ਕੇ ਆਪਣੇ ਘਰਾਂ ਚਲਾ ਗਿਆ ਹੈ। ਤਿਆਗ ਦੀਨ ਮਦ ਪਾਨ ਕੁਟਾਰ, ਇਸਨੇ ਜਾ ਕੇ ਛੱਡ ਦਿੱਤੀ ਸ਼ਰਾਬ, ਪਰਿਵਾਰ ਨੂੰ ਦੱਸ ਦਿੱਤਾ ਵੀ ਜਿਹੜੀਆਂ ਬੋਤਲਾਂ ਘਰੇ ਭਰੀਆਂ ਨੇ ਚੁੱਕੇ ਬਾਹਰ ਗਲੀ ਵਿੱਚ ਸੁੱਟ ਦਿਓ, ਤੋੜ ਦਿਓ, ਰੋੜ ਦਿਓ ਨਾਲੀ ਵਿੱਚ, ਅੱਜ ਤੋਂ ਬਾਅਦ ਮੈਂ ਤੇ ਵੈਸ਼ਨੂੰ ਹੋ ਗਿਆ, ਹੁਣ ਮੈਂ ਕਹਿੰਦਾ ਸ਼ਰਾਬ ਨਹੀਂ ਪੀਵਾਂਗਾ। ਰੋਗ ਮਿਰਗੀ ਕੋ ਭਇਓ ਬਿਸਾ ਬਿਨਾ, ਜਦੋਂ ਇਹ ਆਪਣੇ ਬਚਨ ਦੇ ਉੱਪਰ ਪੱਕਾ ਹੋ ਗਿਆ, ਗੁਰੂ ਅੰਗਦ ਸਾਹਿਬ ਦੇ ਬਚਨ ਵੀ ਪੱਕੇ ਸਨ, ਕਹਿੰਦੇ ਉਸੇ ਵੇਲੇ ਮਿਰਗੀ ਦਾ ਰੋਗ ਹੋ ਗਿਆ ਦੂਰ ਤੇ ਤੰਦਰੁਸਤ ਚੰਗਾ ਭਲਾ ਹੋ ਗਿਆ ਹੈ, ਸਦਾ ਅਰੋਗੀ ਹੋਏ ਹੁਲਾਸਾ, ਤੇ ਹੁਣ ਰੋਗ ਹੋ ਗਿਆ ਦੂਰ ਤੇ ਬੜਾ ਖੁਸ਼ ਹੈ, ਬੜੇ ਆਨੰਦ ਨੇ, ਘਰ ਦੇ ਵਿੱਚ ਬੜਾ ਮਾਹੌਲ ਚੰਗਾ ਬਣ ਗਿਆ, ਸ਼ਾਂਤੀ ਹੋ ਗਈ, ਸਾਰਾ ਪਰਿਵਾਰ ਸੁਖੀ ਹੋ ਗਿਆ, ਅਤੇ ਚੌਧਰੀ ਦਾ ਰੋਗ ਦੂਰ ਹੋ ਗਿਆ, ਅਤੇ ਚੌਧਰੀ ਵੀ ਹਰਿਆ ਭਰਿਆ ਹੋ ਗਿਆ, ਕਹਿੰਦੇ ਬੜੇ ਆਨੰਦ ਬਣ ਗਿਆ ਘਰ ਦੇ ਵਿੱਚ। ਚਿਰੰਕਾਲ ਸੁਖ ਭੋਗੋ ਪੀਨਾ, ਕਹਿੰਦੇ ਬੜਾ ਲੰਮਾ ਸਮਾਂ ਫਿਰ ਇਸਨੇ ਬਚਨ ਯਾਦ ਰੱਖਿਆ ਮਹਾਰਾਜ ਦਾ, ਕਿਉਂਕਿ ਡਰ ਹੈ ਨਾ ਮੌਤ ਤੋਂ, ਤਾਂ ਸਾਰੇ ਡਰਦੇ, ਅਤੇ ਮਹਾਰਾਜ ਨੇ ਕਿਹਾ ਸੀ ਜੇ ਪੀਵੇਂਗਾ ਤਾਂ ਮਾਰੀ ਜਾਵੇਗਾ, ਅਤੇ ਡਰ ਮੌਤ ਦਾ ਬੜਾ ਜ਼ਿਆਦਾ ਹੈ, ਕਹਿੰਦੇ ਫਿਰ ਲੰਮਾ ਸਮਾਂ ਇਸਨੇ ਬਚਨ ਦੇ ਉੱਪਰ ਪਹਿਰਾ ਦਿੱਤਾ, ਨਹੀਂ ਪੀਤੀ, ਕਹਿੰਦੇ ਇਸਨੇ ਫਿਰ ਸ਼ਰਾਬ। ਮਨ ਕਠੋਰ ਨੇ ਕੀਨ ਪਿਤਾਨਾ, ਪਰ ਮਨ ਬੜਾ ਕਠੋਰ ਹੈ, ਮਨ ਮੰਨਿਆ ਨਹੀਂ, ਹਾਲੇ ਕਿ ਗੁਰੂ ਅੰਗਦ ਸਾਹਿਬ ਦੀ ਵਡਿਆਈ ਇਸਨੇ ਪਹਿਲਾਂ ਵੀ ਸੁਣੀ ਹੈ, ਗੁਰੂ ਅੰਗਦ ਸਾਹਿਬ ਦੀ ਵਡਿਆਈ ਇਸਨੇ ਅੱਖਾਂ ਦੇ ਨਾਲ ਵੇਖੀ ਵੀ ਹੈ ਵੀ ਬੜੀਆਂ ਸੰਗਤਾਂ ਆਉਂਦੀਆਂ ਮਹਾਰਾਜ ਦੇ ਦਰਸ਼ਨਾਂ ਨੂੰ, ਉਹ ਤਾਂ ਆਉਂਦੀਆਂ ਵੀ ਉੱਥੋਂ ਦਾਤਾਂ ਮਿਲਦੀਆਂ, ਅਤੇ ਤੀਜਾ ਬਚਨ ਇਸਨੇ ਫਿਰ ਆਪਣਾ ਰੋਗ ਵੀ ਦੂਰ ਕੀਤਾ, ਅਤੇ ਉਹ ਵੀ ਇਸ ਨੂੰ ਸਾਰਾ ਕੋਈ ਦਿਸ ਪਿਆ ਵੀ ਪਹਿਲਾਂ ਮੈਨੂੰ ਰੋਗ ਪੈਂਦਾ ਸੀ ਮਿਰਗੀ ਦਾ ਦੌਰਾ, ਹੁਣ ਗੁਰੂ ਪਾਤਸ਼ਾਹ ਦੇ ਬਚਨ ਨੇ ਹੁਣ ਨਹੀਂ ਪੈਂਦਾ, ਪਰ ਫਿਰ ਵੀ ਕਹਿੰਦੇ ਮਨ ਮੰਨਿਆ ਹੀ ਨਹੀਂ ਹੈ, ਮਨ ਦੇ ਵਿੱਚ ਇਹ ਗੱਲ ਆਈ ਨਹੀਂ ਵੀ ਇਹ ਗੁਰੂ ਅੰਗਦ ਸਾਹਿਬ ਦੀ ਇੰਨੀ ਕਿਰਪਾ ਹੈ, ਕਹਿੰਦੇ ਮਨ ਨਹੀਂ ਭਿੱਜਿਆ ਹੈ, ਕਿਉਂਕਿ ਜਿਹੜੇ ਪੱਥਰ ਮਨ ਨੇ ਉਹ ਕਦੇ ਪਾਣੀ ਵਿੱਚ ਨਹੀਂ ਭਿੱਜਦੇ, ਪੱਥਰ ਨਹੀਂ ਪਾਣੀ ਵਿੱਚ ਭਿੱਜਦਾ, ਪਤਾਸਾ ਉਸੇ ਵੇਲੇ ਘੁਲ ਜਾਂਦਾ, ਜਿਨ੍ਹਾਂ ਦੇ ਮਨ ਪੱਥਰਾਂ ਨੂੰ ਪੂਜਦੇ ਰਹੇ ਨੇ, ਜਿਹੜੇ ਪੱਥਰਾਂ ਦੀ ਪੂਜਾ ਕਰਦੇ ਆਏ, ਉਹਨਾਂ ਦੇ ਮਨ ਵੀ ਪੱਥਰ ਹੋ ਜਾਂਦੇ, ਫਿਰ ਉਹ ਭਿੱਜਦੇ ਨਹੀਂ ਕਿਸੇ ਦੇ ਉੱਪਰ, ਕਹਿੰਦੇ ਭਰੋਸਾ ਨਹੀਂ ਹੋਇਆ ਹੈ। ਭੁੱਲ ਗਇਓ ਜੜ ਗੁਰ ਕੇ ਬੈਨ, ਕਹਿਣ ਲੱਗੇ ਵੀ ਇਹ ਮੂਰਖ ਬੰਦਾ ਕੁਝ ਸਮਾਂ ਤਾਂ ਇਸਨੇ ਬਚਾ ਰੱਖਿਆ, ਪਰ ਇੱਕ ਦਿਨ ਐਸਾ ਆਇਆ ਇਹ ਮੂਰਖ ਬੰਦਾ ਭੁੱਲ ਗਿਆ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ, ਗੁਰੂ ਦੇ ਬਚਨਾਂ ਨੂੰ ਭੁੱਲ ਚੁੱਕਿਆ ਹੈ। ਪਤਾ ਨਿਹਾਰ ਲੀਨ ਪੀਨੈ ਨਾ, ਇਸਨੇ ਆਪਣੀਆਂ ਅੱਖਾਂ ਦੇ ਨਾਲ ਵੇਖ ਵੀ ਲਿਆ ਸਾਰਾ ਕੁਝ ਵੀ ਜਦੋਂ ਤੋਂ ਗੁਰੂ ਅੰਗਦ ਸਾਹਿਬ ਦੇ ਬਚਨ ਹੋਏ ਨੇ ਉਦੋਂ ਮਗਰੋਂ ਮੈਨੂੰ ਦੌਰਾ ਨਹੀਂ ਪਿਆ, ਵੇਖ ਲਿਆ, ਮਨ ਨੇ ਜਾਣ ਵੀ ਲਿਆ, ਪਰ ਮਨ ਫਿਰ ਵੀ ਟਿਕਿਆ ਨਹੀਂ, ਮੂਰਖ ਫਿਰ ਵੀ ਸਮਝਿਆ ਨਹੀਂ ਹੈ। ਇੱਕ ਦਿਨ ਸ਼ਾਮ ਘਟਾ ਘੁੰਮਡਾਈ, ਇੱਕ ਦਿਨ ਕੀ ਹੋਇਆ ਵੀ ਸ਼ਾਮ ਦਾ ਸਮਾਂ ਅਤੇ ਬਹੁਤ ਜ਼ਿਆਦਾ ਘਟਾ ਹਨੇਰੀ ਚੱਲੀ ਹੈ, ਬਹੁਤ ਜ਼ਿਆਦਾ ਬੱਦਲ ਆਏ, ਮੌਸਮ ਬੜਾ ਸੁਹਾਣਾ ਬਣ ਗਿਆ, ਅਤੇ ਸੁਹਾਣੇ ਮੌਸਮ ਦੇ ਵਿੱਚ ਇਹਦੇ ਫਿਰ ਅੰਦਰੋਂ ਤਰੰਗਾਂ ਫੁੱਟੀਆਂ ਵੀ ਇਹੋ ਜਿਹੇ ਮੌਸਮ ਦੇ ਵਿੱਚ ਤਾਂ ਫਿਰ ਗਲਾਸੀ ਖੜਕਾਉਣੀ ਚਾਹੀਦੀ ਹੈ ਅਤੇ ਫਿਰ ਝੂਮਣਾ ਚਾਹੀਦਾ, ਕਹਿੰਦੇ ਉੱਧਰੋਂ ਮੌਸਮ ਬਣ ਗਿਆ ਸੁਹਾਣਾ ਅਤੇ ਉੱਧਰੋਂ ਇਹਦਾ ਮਨ ਕਰ ਪਿਆ ਵੀ ਮੈਂ ਹੁਣ ਜਿਹੜਾ ਛੱਡਿਆ ਹੈ ਸਾਰਾ ਕੁਝ ਇਸ ਨੂੰ ਫਿਰ ਸ਼ੁਰੂ ਕਰਾਂ, ਕਹਿੰਦੇ ਉਹ ਮਾੜੀ ਕਿਸਮਤ ਮਾੜਾ ਸਮਾਂ ਇਹਦੇ 'ਤੇ ਸ਼ੁਰੂ ਹੋ ਗਿਆ ਹੈ। ਭਾਈ ਠੰਡ ਬੂੰਦਾ ਬਰਖਾ, ਕਹਿੰਦੇ ਠੰਡ ਦਾ ਬਣ ਗਿਆ ਸਮਾਂ, ਗਰਮੀ ਦੇ ਵਿੱਚ ਨਿੱਕੀਆਂ ਨਿੱਕੀਆਂ ਬੂੰਦਾਂ ਡਿੱਗਦੀਆਂ, ਠੰਡੀ ਹਵਾ ਚੱਲਦੀ ਹੈ ਅਤੇ ਸਰੀਰ ਨੂੰ ਲੱਗਦੀ ਹੈ ਅਤੇ ਬੜਾ ਆਨੰਦ ਦਿੰਦੀ ਹੈ, ਅਤੇ ਕਹਿਣ ਲੱਗੇ ਉਹ ਆਨੰਦ ਇੰਨਾ ਆਇਆ ਚੌਧਰੀ ਨੂੰ ਵੀ ਹੁਣ ਮਨ ਕਰਦਾ
ਵੀ ਲਿਆ ਕੇ ਤੇ ਮੈਂ ਸ਼ਰਾਬ ਪੀਣਾ ਕਰਾਂ। ਚੱਲੇ ਬਾਉ ਸੁਖ ਦੇਨ ਬਾਹਰੀ, ਸੋ ਕਹਿਣ ਲੱਗੇ ਹਵਾ ਚੱਲਦੀ ਹੈ ਬਹੁਤ ਜ਼ਿਆਦਾ ਸਰੀਰ ਨੂੰ ਸੁਖ ਦਿੰਦੀ ਹੈ। ਮਧੁਰ ਮਧੁਰ ਗਰਜਤ ਘਟਕਾਰੀ, ਇੱਧਰੋਂ ਜਿਹੜੇ ਬੱਦਲ ਨੇ ਉਹ ਵੀ ਮਿੱਠੇ ਮਿੱਠੇ ਗੱਜਦੇ ਨੇ, ਮਾੜੀ ਮਾੜੀ ਗੜਗੜ ਦੀ ਆਵਾਜ਼ ਆਉਂਦੀ ਹੈ ਬੱਦਲਾਂ ਦੀ। ਬੜਾ ਮੌਸਮ ਸੁਹਾਣਾ ਬਣ ਗਿਆ, ਅਤੇ ਸੁਹਾਣੇ ਮੌਸਮ ਦੇ ਵਿੱਚ ਫਿਰ ਚੌਧਰੀ ਤੋਂ ਰਿਹਾ ਨਹੀਂ ਗਿਆ ਵੀ ਹੁਣ ਬੱਦਲ ਗੱਜਦੇ ਨੇ ਅਤੇ ਮੈਂ ਵੀ ਗੱਜਾਂ ਨਾਲ ਬੋਲਾਂ, ਲੋਕਾਂ ਨੂੰ ਪਤਾ ਲੱਗੇ ਵੀ ਚੌਧਰੀ ਬੈਠਾ ਇੱਥੇ। ਉੱਧਰੋਂ ਮੀਂਹ ਪੈਂਦਾ, ਠੰਡ ਦਾ ਮੌਸਮ ਹੈ, ਅਤੇ ਇਸ ਠੰਡ ਦੇ ਮੌਸਮ ਦੇ ਵਿੱਚ ਥੋੜ੍ਹਾ ਬਹੁਤਾ ਤਾਂ ਮੈਨੂੰ ਆਪਣਾ ਜਿਹੜਾ ਹੈ ਉਹ ਨਸ਼ਾ ਪਤਾ ਕਰ ਲੈਣਾ ਚਾਹੀਦਾ। ਕਹਿੰਦੇ ਚੌਧਰੀ ਤੋਂ ਫਿਰ ਰਿਹਾ ਨਹੀਂ ਗਿਆ ਹੈ। ਤਬ ਹੀ ਮਦਰਾ ਲੀਨ ਮੰਗਾਈ, ਉਸੇ ਵੇਲੇ ਆਪਣੇ ਨੌਕਰ ਨੂੰ ਭੇਜਿਆ, ਕਹਿਣ ਲੱਗਾ ਗੁਰੂ ਦੇ ਬਚਨ ਫਿਰ ਵੇਖ ਲਵਾਂਗੇ, ਬੜਾ ਲੰਮਾ ਸਮਾਂ ਆਪਣੇ ਕੋਲ, ਅਤੇ ਜਾ ਜਾ ਕੇ ਕਿਤੇ ਉਹ ਸ਼ਰਾਬ ਲੈ ਕੇ ਆ, ਪੈਸੇ ਲੈ ਜਾ ਮੇਰੇ ਕੋਲੋਂ 2-4 ਆਨੇ ਅਤੇ ਮੈਨੂੰ ਲਿਆ ਕੇ ਦੇ ਅਤੇ ਮੈਂ ਸ਼ਰਾਬ ਨੂੰ ਪੀਣਾ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ ਕਬੀਰ, ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਐ ਫੂਕ। ਕਬੀਰ ਸਾਹਿਬ ਦਾ ਇਹ ਬਚਨ ਬੜਾ ਜਿਹੜਾ ਹੈ ਉਹ ਵਜਨਦਾਰ ਹੈ। ਬਾਂਸ ਦੇ ਵਿੱਚ, ਬਾਂਸਰੀ ਦੇ ਵਿੱਚ ਜਿੰਨੀਆਂ ਮਰਜ਼ੀ ਫੂਕਾਂ ਮਾਰੀਓ, ਸਾਰਾ ਦਿਨ ਲੱਗੇ ਰਹੋ, ਅਤੇ ਜੇ ਮਨ ਵਿੱਚ ਤੁਹਾਡੇ ਇਹ ਗੱਲ ਹੈ ਨਾ ਵੀ ਇਹ ਬਾਂਸਰੀ ਜਾਂ ਇਹ ਬਾਂਸ ਭਰ ਗਿਆ ਹੋਵੇਗਾ ਹਵਾ ਦਾ, ਤਾਂ ਇਹ ਮੂਰਖਤਾਈ ਬੇਸਮਝੀ ਹੈ। ਜਿੰਨੀਆਂ ਫੂਕਾਂ ਮਾਰੋਗੇ ਉਹ ਸਾਰੀਆਂ ਨਾਲ ਦੀ ਨਾਲ ਹੀ ਬਾਹਰ ਨਿਕਲਦੀਆਂ ਜਾਂਦੀਆਂ। ਅਤੇ ਕਹਿਣ ਲੱਗੇ ਜਿਹੜੇ ਕੱਚੇ ਸਿੱਖ ਨੇ ਨਾ ਉਹ ਬਾਂਸ ਵਰਗੇ ਨੇ, ਉਹ ਬਚਨ ਇੱਕ ਕੰਨ ਦੇ ਨਾਲ ਸੁਣਦੇ ਅਤੇ ਦੂਜੇ ਕੰਨ ਦੇ ਨਾਲ ਉਸੇ ਵੇਲੇ ਕੱਢ ਦਿੰਦੇ। ਕਹਿਣ ਲੱਗੇ ਸਾਚਾ ਸਤਿਗੁਰ ਕਿਆ ਕਰੇ, ਪੂਰਾ ਗੁਰੂ ਕੀ ਕਰੇਗਾ ਭਾਈ ਜੋ ਸਿੱਖਾਂ ਮੈਂ ਚੂਕ। ਜਦੋਂ ਸਿੱਖ ਹੀ ਆਪਣੇ ਬਚਨ ਦੇ ਉੱਪਰ ਨਾ ਖਲੋਤਾ, ਢਹਿ ਪਿਆ, ਡਿੱਗ ਪਿਆ, ਅਤੇ ਕਹਿਣ ਲੱਗੇ ਫਿਰ ਉਸਨੂੰ ਘਾਟਾ ਪੈ ਜਾਂਦਾ, ਉਸਨੂੰ ਦੁਖੀ ਹੋਣਾ ਪੈਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਚੌਧਰੀ ਹੈ ਨਾ, ਗੁਰੂ ਪਾਤਸ਼ਾਹ ਦੇ ਬਖਸ਼ਿਸ਼ ਤਾਂ ਕਰ ਦਿੱਤੀ ਇਹਦੇ ਉੱਪਰ, ਪਰ ਇਹਦੇ ਕੋਲੋਂ ਸੰਭਾਲੀ ਨਹੀਂ ਗਈ ਹੈ। ਕਹਿੰਦੇ ਭੁੱਲ ਗਿਆ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ, ਕਿਉਂਕਿ ਮਤ ਥੋੜ੍ਹੀ ਸੇਵ ਅਗਵਾਈ ਹੈ, ਕੀਤੀ ਹੋਈ ਸੇਵਾ ਵੀ ਜੇ ਥੋੜ੍ਹੀ ਮਤ ਹੋਵੇ, ਅਕਲ ਨਾ ਨਾ ਹੋਵੇ, ਤਾਂ ਸਾਰਾ ਕੁਝ ਬਣਿਆ ਬਣਾਇਆ ਬੋਲ ਲੋਕ ਖਰਾਬ ਕਰ ਲੈਂਦੇ ਨੇ। ਸੋ ਕਹਿੰਦੇ ਇਹੋ ਕੁਝ ਚੌਧਰੀ ਨਾਲ ਹੋਇਆ ਹੈ। ਉਮਗਿਓ ਰਿਦਾ ਰਹਿਓ ਨਾ ਜਾਈ, ਸੋ ਕਹਿੰਦੇ ਮਨ ਜਿਹੜਾ ਹੈ ਨਾ ਅੰਦਰੋਂ ਫੁੱਟਦਾ ਹੈ ਵਾਰ ਵਾਰ ਵੀ ਲਿਆ ਹੁਣ ਪੀਏ, ਹੁਣ ਬੜਾ ਸਮਾਂ ਹੋ ਗਿਆ ਛੱਡੇ ਨੂੰ, ਅਤੇ ਮੌਸਮ ਬੜਾ ਸੋਹਣਾ ਬਣਿਆ। ਵਾਰ ਵਾਰ ਮਨ ਨੇ ਅੰਦਰੋਂ ਆਵਾਜ਼ ਦਿੱਤੀ, ਅਤੇ ਕਹਿੰਦੇ ਚੌਧਰੀ ਨੇ ਸਾਰਾ ਕੁਝ ਮੰਗਾ ਕੇ ਆਪਣੇ ਮੇਜ਼ ਦੇ ਉੱਪਰ ਰੱਖ ਕੇ ਅਤੇ ਕੁਰਸੀ ਡਾਹ ਕੇ ਅਤੇ ਉਹਦੇ ਉੱਪਰ ਬੈਠ ਗਿਆ ਹੈ। ਪਰਿਓ ਪਾਨ ਮੁਖ ਨੁਕਲ ਮੰਗਾਏ, ਕਵੀ ਜੀ ਕਹਿੰਦੇ ਇੱਕ ਪਾਸੇ ਤਾਂ ਗਲਾਸੀ ਦੇ ਵਿੱਚ ਸ਼ਰਾਬ ਪਾ ਕੇ ਰੱਖ ਲਈਏ, ਅਤੇ ਦੂਜੇ ਪਾਸੇ ਥੋੜ੍ਹਾ ਜਿਹਾ ਨਮਕੀਨ ਪਦਾਰਥ ਰੱਖ ਲਿਆ ਕੋਲ, ਵੀ ਜਦੋਂ ਘੁੱਟ ਭਰਾਂਗਾ ਅਤੇ ਕੌੜੀ ਲੱਗੇ, ਅਤੇ ਨਾਲ ਸਲਾਦ ਵਗੈਰਾ ਗੰਢਾ ਟੋਟਾ ਬਣਾ ਕੇ ਰੱਖ ਲਿਆ, ਨਾਲ ਕੋਈ ਭੁਜੀਆ ਵਗੈਰਾ ਕੋਈ ਕਰਾਰੀ ਚੀਜ਼ ਜਿਹੜੇ ਸ਼ਰਾਬ ਪੀਣ ਵਾਲੇ ਉਹ ਰੱਖਦੇ ਨੇ ਨਾ, ਨਾਲ ਕੇ ਮੂੰਹ ਦਾ ਸਵਾਦ ਬਣਿਆ ਰਹੇ। ਪੂਰਾ ਸਵਾਦ ਬਣਾਇਆ ਬੈਠ ਕੇ ਇਸਨੇ ਵੀ, ਜੇ ਹੁਣ ਪੀਤੀ ਹੈ ਅਤੇ ਨਜ਼ਾਰੇ ਪੂਰੇ ਲੈ ਲਈਏ। ਕਹਿੰਦੇ ਉਹ ਸਾਰਾ ਕੁਝ ਕਰਾਰਾ ਸਲੂਣਾ ਇਸਨੇ ਆਪਣੇ ਕੋਲ ਮੰਗਾ ਕੇ ਰੱਖਿਆ ਹੈ। ਖਾਵਤ ਚੜਿਓ ਅਮਲ ਉਰਸ਼ਾਏ, ਅਤੇ ਜਦੋਂ ਪੀਤੀ ਸ਼ਰਾਬ ਅਤੇ ਨਾਲ ਉਹ ਸਲੂਣੇ ਪਦਾਰਥ ਖਾਧੇ, ਅਤੇ ਕਹਿੰਦੇ ਸ਼ਰਾਬ ਨੇ ਅੰਦਰ ਜਾਂਦਿਆਂ ਹੀ ਦੱਸ ਦਿੱਤਾ ਆਪਣੇ ਆਪ, ਕਿਉਂਕਿ ਸ਼ਰਾਬ ਤੋਂ ਭਾਵ ਸ਼ਰਾਰਤ ਦਾ ਪਾਣੀ ਹੈ, ਅਤੇ ਨਸ਼ਾ ਚੜ੍ਹ ਗਿਆ ਉਸੇ ਵੇਲੇ,
ਤੇ ਨਸ਼ੇ ਦੇ ਵਿੱਚ ਫਿਰ ਇਹ ਪੂਰਾ ਝੂਮਣ ਲੱਗ ਪਿਆ ਹੈ। ਜਾਏ ਰੁੜਿਓ ਬਹੁਰ ਅਟਾਰੀ। ਹੁਣ ਮੰਦੀ ਮਤ ਹੈ, ਮੂਰਖ ਮਤ ਵਾਲਾ ਸਮਝਿਆ ਨਹੀਂ ਵੀ ਇੱਕ ਤੇ ਬਚਨ ਤੋੜਿਆ ਤੇ ਦੂਜਾ ਮੈਂ ਲਲਕਾਰਨ ਵੀ ਲੱਗਾ ਹਾਂ। ਸ਼ਰਾਬ ਦੇ ਵਿੱਚ ਭਰਿਆ ਹੋਇਆ, ਰਜਿਆ ਹੋਇਆ, ਆਪਣੇ ਚੁਬਾਰੇ ਦੀਆਂ ਪੌੜੀਆਂ ਨੂੰ ਚੜ੍ਹਨ ਲੱਗ ਪਿਆ ਤਾਂ ਉਹਨੂੰ ਵੀ ਸਾਰੇ ਪਿੰਡ 'ਚ ਪਤਾ ਲੱਗੇ ਵੀ ਚੌਧਰੀ ਹੋਣੀ ਅੱਜ ਰੱਜੇ ਹੋਏ ਨੇ। ਪੌੜੀਆਂ ਚੜ੍ਹ ਕੇ ਕਹਿੰਦੇ ਚੁਬਾਰੇ ਦੇ ਉੱਪਰ ਪਹੁੰਚ ਗਿਆ, ਚੁਬਾਰੇ ਦੀ ਛੱਤ ਦੇ ਉੱਪਰ ਜਾ ਚੜ੍ਹਿਆ ਹੈ। ਵੇਖਣ ਬਹਾਰ ਬਹੁਤੇ ਉਬਾਰੀ। ਸੋ ਉਸ ਵੇਲੇ ਜਦੋਂ ਚੁਬਾਰੇ ਦੇ ਵਿੱਚ ਚੜ੍ਹਿਆ ਤੇ ਫਿਰ ਮਨ 'ਚ ਵਿਚਾਰ ਆਈ ਵੀ ਬਾਹਰ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ ਤੇ ਵੇਖਣਾ ਚਾਹੀਦਾ। ਬਾਰੀ ਖੋਲ੍ਹ ਲਈ ਆਪਣੇ ਚੁਬਾਰੇ ਦੀ ਮੀਂਹ ਨੂੰ ਵੇਖਣ ਵਾਸਤੇ, ਬਾਹਰ ਨੂੰ ਧੌਣ ਕੱਢ ਕੇ ਵੀ ਕਿੰਨਾ ਕੁ ਮੀਂਹ ਪੈ ਰਿਹਾ, ਨਾਲੇ ਠੰਡੀ ਹਵਾ ਆਵੇਗੀ ਅਤੇ ਹਵਾ ਦੇ ਨਾਲ ਨਸ਼ਾ ਹੋਰ ਚੜ੍ਹਦਾ। ਕਹਿਣ ਲੱਗੇ ਉਸ ਵੇਲੇ ਜਦੋਂ ਇਸ ਨੇ ਬਾਰੀ ਖੋਲ੍ਹੀ ਮੀਂਹ ਨੂੰ ਵੇਖਣ ਵਾਸਤੇ, ਗੁਰਦਿਸ ਉੱਚੇ ਕਹਿਓ ਪੁਕਾਰਾ। ਬਾਰੀ 'ਤੇ ਖੋਲ੍ਹੀ ਸੀ ਤਾਂ, ਤਾਕੀ 'ਤੇ ਖੋਲ੍ਹੀ ਤਾਂ ਵੀ ਮੀਂਹ ਵੇਖ ਲਵਾਂ ਕਿੰਨਾ ਕੁ ਪੈਂਦਾ, ਅਤੇ ਜਦੋਂ ਤਾਕੀ ਖੋਲ੍ਹੀ ਤਾਂ ਸਾਹਮਣੇ ਡੇਰੇ ਦੇ ਵਿੱਚ ਸਤਿਗੁਰੂ ਜੀ ਬੈਠੇ ਸਨ, ਚੁਬਾਰਾ ਇਹਦਾ ਸੀ ਨੇੜੇ। ਅਤੇ ਜਦੋਂ ਮਹਾਰਾਜ ਨੂੰ ਤੱਕਿਆ ਤਾਂ ਇਹਨੂੰ ਗੱਲ ਯਾਦ ਆ ਗਈ ਵੀ ਮਹਾਰਾਜ ਦੇ ਨਾਲ ਮੇਰੇ ਬਚਨ ਸਨ ਵੀ ਚੌਧਰੀ ਸ਼ਰਾਬ ਨਾ ਪੀਵੀ ਅਤੇ ਮਿਰਗੀ ਰਵੇਗੀ ਦੂਰ, ਅਤੇ ਮੈਂ ਲਈਏ ਪੀ ਅਤੇ ਨਸ਼ਾ ਜਿਹੜਾ ਬੰਦੇ ਨੂੰ ਬੜਾ ਦਲੇਰ ਕਰ ਦਿੰਦਾ ਹੈ, ਉਸ ਨੂੰ ਪਤਾ ਨਹੀਂ ਲੱਗਦਾ ਵੀ ਇਹ ਗੱਲ ਮੇਰੇ ਫਾਇਦੇ ਦੀ ਹੈ ਕਿ ਨੁਕਸਾਨ ਦੀ ਹੈ। ਆਪਣੇ ਗੁਪਤ ਜਿਹੜੇ ਰਾਜ ਨੇ ਉਹ ਵੀ ਕਈ ਵਾਰ ਪ੍ਰਗਟ ਕਰ ਲੈਂਦਾ ਹੈ। ਕਹਿਣ ਲੱਗੇ ਨਸ਼ੇ ਦੇ ਵਿੱਚ ਭਰਿਆ ਹੋਇਆ ਚੌਧਰੀ ਦੇ ਮਹਾਰਾਜ ਦੇ ਵੱਲ ਕਰਕੇ ਮੂੰਹ, ਅਤੇ ਉੱਚੀ ਸਾਰੀ ਇਸ ਨੇ ਆਵਾਜ਼ ਮਾਰੀ ਸਤਿਗੁਰਾਂ ਨੂੰ, ਇਸ ਤਰ੍ਹਾਂ ਕਹਿਣ ਲੱਗਾ, ਕਰ ਮਦਪਾਨ ਭਇਓ ਮਤਵਾਰਾ। ਕਵੀ ਜੀ ਕਹਿੰਦੇ ਮਦਪਾਨ ਸ਼ਰਾਬ ਪੀ ਕੇ ਅਤੇ ਮਤਵਾਰਾ ਹੋ ਗਿਆ, ਮਸਤ ਹੋ ਗਿਆ, ਮਸਤ ਹੋ ਕੇ ਨਸ਼ੇ ਦੇ ਵਿੱਚ ਝੂਮ ਕੇ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿਣ ਲੱਗਾ, ਤਪਾ ਹਟਾਇਓ ਹੁਕਮ ਤੁਮਾਰਾ। ਸਤਿਗੁਰਾਂ ਦੇ ਵੱਲ ਮੁੱਖ ਕਰਕੇ ਮੂੰਹ ਕਰਕੇ ਚੌਧਰੀ ਨੇ ਉੱਚੀ ਸਾਰੀ ਕਿਹਾ, ਕਹਿਣ ਲੱਗਾ ਹੈ ਤਪਾ ਜੀ, ਇਹ ਗੁਰੂ ਅੰਗਦ ਸਾਹਿਬ ਜੀ, ਅੱਜ ਮੈਂ ਤੁਹਾਡਾ ਬਚਨ ਮੋੜ ਦਿੱਤਾ ਹੈ। ਜਿਹੜਾ ਬਚਨ ਮੈਂ ਤੁਹਾਨੂੰ ਦਿੱਤਾ ਸੀ ਨਾ ਵੀ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ, ਅੱਜ ਬਚਨ ਮੈਂ ਤੋੜ ਦਿੱਤਾ ਤੁਹਾਡਾ, ਉਹ ਕਿਹਾ ਹੋਇਆ ਮੈਂ ਛੱਡ ਦਿੱਤਾ ਹੈ। ਇੱਕ ਗਲਤੀ ਕੀਤੀ ਹੈ, ਇੱਕ ਉੱਪਰੋਂ ਚੜ੍ਹ ਕੇ ਹੋਰ ਹੰਕਾਰ ਦੇ ਨਾਲ ਦੱਸਦਾ ਪਿਆ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਉੱਚੀ ਦੇਣੇ ਇਸ ਨੇ ਆਵਾਜ਼ ਦਿੱਤੀ ਹੈ, ਬਰਖਤ ਬੜੀ ਬਹਾਰਾ। ਮਹਾਰਾਜ ਮੀਂਹ ਪੈਂਦਾ ਪਿਆ, ਬੜਾ ਸੋਹਣਾ ਵਰਖਾ ਹੋ ਰਹੀ ਹੈ, ਠੰਡਾ ਮੌਸਮ ਹੈ, ਅਤੇ ਮੇਰੇ ਕੋਲੋਂ ਨਹੀਂ ਜੇ ਰਿਹਾ ਗਿਆ ਅਤੇ ਮੈਂ ਲਈ ਜੇ ਅੱਜ ਪੀ, ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਬਾਰੀ ਖੋਲ੍ਹ ਕੇ। ਰਹੇ ਨਾ ਜਾਏ ਮੋਹਤੇ ਕੈਸੇ। ਮਹਾਰਾਜ ਫਿਰ ਮੇਰੇ ਤੋਂ ਕਿਵੇਂ ਰਹਿ ਜਾ ਸਕਦਾ, ਮੈਂ ਪੀਣ ਖਾਣ ਵਾਲਾ ਬੰਦਾ, ਨਾਲੇ ਸ਼ਾਹੂਕਾਰ ਸੇਠ ਹਾਂ, ਅਤੇ ਸੇਠਾਂ ਦੀ ਵਡਿਆਈ ਇਹਦੇ ਵਿੱਚ ਹੈ ਵੀ ਉਹ ਨਸ਼ਾ ਪਤਾ ਕਰਨ, ਅਤੇ ਤਾਂ ਹੀ ਪਤਾ ਲੱਗਦਾ ਨਾ ਤੁਸੀਂ ਉਹ ਦਾਲ ਪ੍ਰਸ਼ਾਦਾ ਛਕਣ ਵਾਲੇ ਸਾਧੂ ਸੰਤ, ਤੁਹਾਨੂੰ ਕੀ ਪਤਾ ਵੀ ਇਹਨਾਂ ਗੱਲਾਂ ਵਿੱਚ ਕਿੰਨਾ ਕੁ ਨਜ਼ਾਰਾ ਅਤੇ ਕਿੰਨਾ ਕੁ ਰਸ ਹੈ, ਪਰ ਮਹਾਰਾਜ ਮੈਂ ਇਹ ਸਾਰਾ ਕੁਝ ਕਰ ਲਿਆ ਹੈ। ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਹੈ। ਭਾਵਤ ਅਤ ਪ੍ਰਮੋਦ ਮੈਂ ਐਸੇ। ਸੋ ਕਹਿਣ ਲੱਗੇ ਹੁਣ ਮੈਂ ਬੜੀ ਖੁਸ਼ੀ ਪਾ ਰਿਹਾ, ਬੜਾ ਆਨੰਦ ਪ੍ਰਾਪਤ ਹੋ ਰਿਹਾ, ਮੈਂ ਇਹ ਸ਼ਰਾਬ ਪੀ ਕੇ ਬੜਾ ਆਨੰਦ ਲੈ ਰਿਹਾ ਹਾਂ। ਸ਼੍ਰੀ ਅੰਗਦ ਸੁਣ ਬਿਗਸੇ ਤਬੈ। ਗੁਰੂ ਅੰਗਦ ਸਾਹਿਬ ਮਹਾਰਾਜ ਜਿੱਥੇ ਬੈਠੇ ਸਨ ਸੰਗਤ ਵਿੱਚ, ਅਤੇ ਉਹ ਬਚਨ ਮਹਾਰਾਜ ਦੇ ਕੰਨਾਂ ਵਿੱਚ ਪਏ, ਕਿਉਂਕਿ ਉੱਚੀ ਆਵਾਜ਼ ਦੇ ਵਿੱਚ ਬੋਲਿਆ, ਅਤੇ ਮਹਾਰਾਜ ਇਹਦੀਆਂ ਗੱਲਾਂ ਸੁਣ ਕੇ ਅਤੇ ਹੱਸ ਪਏ, ਖੁਸ਼ ਹੋ ਗਏ ਸੰਗਤ ਵਿੱਚ ਬੈਠੇ ਹੋਏ ਪਾਤਸ਼ਾਹ ਜੀ, ਅਤੇ ਸਤਿਗੁਰੂ ਜੀ ਖੁਸ਼ ਹੋ ਕੇ ਫਿਰ ਇਸ ਤਰ੍ਹਾਂ ਕਹਿਣ ਲੱਗੇ, ਕਹਿਓ ਸੁਚੇਤ ਹੋ ਤੁਮ। ਮਹਾਰਾਜ ਕਹਿੰਦੇ ਚੌਧਰੀ ਫਿਰ ਸਾਵਧਾਨ ਹੋ ਜਾ, ਜੇ ਬਚਨ ਟਾਲਿਆ ਨਾ ਮੋੜਿਆ ਅਤੇ ਸ਼ਰਾਬ ਪੀ ਕੇ ਚੜ੍ਹ ਗਿਆ ਚੁਬਾਰੇ ਦੇ ਉੱਪਰ, ਅਤੇ ਹੁਣ ਲਲਕਾਰੇ ਮਾਰਦਾ ਪਿਆ ਕਿ ਮੈਂ ਪੀ ਲਈ ਹੈ, ਜੋ ਕਰਨਾ ਤੁਸੀਂ ਕਰ ਲਵੋ,
ਫਿਰ ਪਾਤਸ਼ਾਹ ਕਹਿੰਦੇ ਸਾਵਧਾਨ ਹੋ, ਸੰਭਾਲ ਆਪਣੇ ਆਪ ਨੂੰ, ਹੁਣ ਤੂੰ ਆਪਣਾ ਬਚਨ ਤੋੜਿਆ ਹੈ ਅਤੇ ਅਸੀਂ ਆਪਣਾ ਬਚਨ ਵੀ ਹੁਣ ਵਾਪਸ ਲੈਣ ਲੱਗੇ ਹਾਂ। ਮਹਾਰਾਜ ਕਹਿੰਦੇ ਸਾਵਧਾਨ ਹੋ, ਹੁਣ ਸਾਡੇ ਬਚਨ ਵੀ ਵਾਪਸ ਹੋਣ ਲੱਗੇ ਹਨ। ਛੁੱਟ ਮਿਰਗੀ ਆਏ ਦਿਸ ਤੋਹੇ, ਮਹਾਰਾਜ ਕਹਿੰਦੇ ਹੁਣ ਮਿਰਗੀ ਨੂੰ ਅਸੀਂ ਛੱਡ ਦਿੱਤਾ, ਸਾਡੇ ਹੁਕਮ ਦੀ ਇਹ ਬੱਧੀ ਹੋਈ ਸੀ, ਅਸੀਂ ਬੰਨ੍ਹ ਕੇ ਰੱਖਿਆ ਸੀ ਆਪਣੇ ਬਚਨਾਂ ਦੇ ਨਾਲ, ਵੀ ਜਿੰਨਾ ਚਿਰ ਚੌਧਰੀ ਬਚਨਾਂ 'ਤੇ ਟਿਕਿਆ ਤੂੰ ਵੀ ਉਹਨੂੰ ਜਾ ਕੇ ਦੁੱਖ ਨਹੀਂ ਦੇਣਾ, ਤੂੰ ਆਪਣੇ ਬਚਨ ਤੋਂ ਟਲ ਗਿਆ, ਮੁੱਕਰ ਗਿਆ। ਅਤੇ ਕਹਿੰਦੇ ਇਸ ਮਿਰਗੀ ਨੂੰ ਵੀ ਅਸੀਂ ਯਾਦ ਕਰ ਦਿੱਤਾ, ਇਹ ਆਉਣ ਲੱਗੀ ਹੈ ਤੇਰੇ ਵੱਲ, ਅਤੇ ਹੁਣ ਤੂੰ ਸਾਵਧਾਨ ਹੋ ਜਾਣਾ ਕਰ। ਹੁਕਮ ਹਟਾਵਨ ਕੀ ਨ ਸਮੋਹੇ, ਸਤਿਗੁਰੂ ਕਹਿੰਦੇ ਤੂੰ ਹੁਕਮ ਮੋੜਿਆ ਹੈ, ਹੁਕਮ ਦੇ ਉੱਪਰ ਚੱਲਿਆ ਨਹੀਂ, ਬਚਨ ਨੂੰ ਮੰਨਿਆ ਨਹੀਂ ਹੈ। ਬਾਂਦੀ ਹੁੱਤੀ ਹੁਕਮ ਕੀ ਇਹੀ, ਮਹਾਰਾਜ ਕਹਿੰਦੇ ਇਹ ਮਿਰਗੀ ਵੀ ਸਾਡੇ ਹੁਕਮ ਦੀ ਬੱਧੀ ਹੋਈ ਸੀ, ਇਸ ਨੂੰ ਅਸੀਂ ਆਪਣੇ ਬਚਨਾਂ ਦੇ ਨਾਲ ਰੋਕ ਕੇ ਬੈਠੇ ਸੀ। ਹੁਕਮ ਨਾ ਰਹੇ ਉਹ ਟਿਕੇ ਅਬ ਕੇਹੀ, ਮਹਾਰਾਜ ਕਹਿੰਦੇ ਜੇ ਹੁਕਮ ਨਹੀਂ ਰਿਹਾ, ਤੂੰ ਸਾਡਾ ਬਚਨ ਨਹੀਂ ਮੰਨਿਆ, ਤੇ ਇਹ ਫਿਰ ਸਾਡਾ ਬਚਨ ਕਿਵੇਂ ਮੰਨੇਗੀ, ਤੂੰ ਇਨਸਾਨ ਹੋ ਕੇ ਸਾਡਾ ਬਚਨ ਨਹੀਂ ਮੰਨਿਆ, ਤੋੜ ਦਿੱਤਾ, ਤੇ ਇਹ ਮਿਰਗੀ ਤੇ ਫਿਰ ਬਿਮਾਰੀ ਹੈ, ਕਹਿੰਦੇ ਇਹਦੇ ਤੋਂ ਅਸੀਂ ਬਚਨ ਵਾਪਸ ਲੈ ਲਿਆ, ਇਹ ਵੀ ਹੁਣ ਸਾਡੇ ਬਚਨ ਤੋਂ ਕਹਿੰਦੇ ਆਜ਼ਾਦ ਹੋ ਗਈ ਹੈ। ਤਤਸ਼ਨ ਉੱਠੀ ਚੌਧਰੀ ਜਾਏ, ਕਹਿਣ ਲੱਗੇ ਜਦੋਂ ਗੁਰੂ ਅੰਗਦ ਸਾਹਿਬ ਨੇ ਇੰਨੇ ਬਚਨ ਕੀਤੇ ਨਾ ਵੀ ਇਹ ਮਿਰਗੀ ਯਾਦ ਹੈ ਤੇ ਸਾਵਧਾਨ ਹੋ ਜਾ, ਕਹਿੰਦੇ ਉਸੇ ਵੇਲੇ ਮਿਰਗੀ ਦਾ ਦੌਰਾ ਜਾ ਕੇ ਪੈ ਗਿਆ ਚੌਧਰੀ ਨੂੰ, ਤੇ ਦੌਰੇ ਦੇ ਨਾਲ ਫਿਰ ਬੜਾ ਵਿਆਕੁਲ ਹੋਇਆ, ਬੜਾ ਦੁਖੀ ਹੋਇਆ ਹੈ। ਗਿਰਿਓ ਟਾਰੀ ਤੇ ਉਥਲਾਏ, ਸਤਿਗੁਰਾਂ ਦਾ ਬਚਨ ਇਹ ਸੀ ਵੀ ਜਦੋਂ ਹੁਣ ਤੈਨੂੰ ਮਿਰਗੀ ਪਵੇਗੀ ਜਾਨ ਨਿਕਲ ਜਾਣੀ ਹੈ, ਬਚਨਾ ਨਹੀਂ ਤੂੰ। ਬਾਰੀ ਦੇ ਵਿੱਚ ਖੜਾ ਹੋਇਆ ਖੋਲ੍ਹ ਕੇ ਤੇ ਥੱਲੇ ਨੂੰ ਵਹਿੰਦਾ ਪਿਆ ਸੀ, ਮਹਾਰਾਜ ਦੇ ਵੱਲ ਉੱਚੀ ਉੱਚੀ ਬੋਲਦਾ ਪਿਆ, ਨਸ਼ੇ ਦੇ ਵਿੱਚ ਝੂਮਦਾ ਪਿਆ। ਕਹਿੰਦੇ ਜਦੋਂ ਮਿਰਗੀ ਦਾ ਦੌਰਾ ਪਿਆ ਤੇ ਉਸੇ ਬਾਰੀ ਦੇ ਵਿੱਚੋਂ ਉਲਟ ਕੇ ਥੱਲੇ ਆ ਕੇ ਡਿੱਗਾ ਗਲੀ ਦੇ ਵਿੱਚ, ਤੇ ਜਦੋਂ ਡਿੱਗਿਆ ਧਰਤੀ ਤੇ ਆ ਕੇ ਤੇ ਉਸ ਵੇਲੇ ਸੀਸ ਧਰਾ ਪਰ ਲਾਗੇ ਹੋ ਜਬੈ, ਤੇ ਡਿੱਗਾ ਕਹਿੰਦੇ ਪੁੱਠਾ ਹੋ ਕੇ, ਲੱਤਾਂ ਉੱਪਰ ਤੇ ਸਿਰ ਥੱਲੇ ਆ ਕੇ ਵੱਜਾ, ਤੇ ਜਦੋਂ ਸਿਰ ਵੱਜਾ ਮਿੱਟੀ ਦੇ ਉੱਪਰ ਗਲੀ ਦੇ ਵਿੱਚ ਆ ਕੇ, ਕਹਿੰਦੇ ਉਸ ਵੇਲੇ ਉੱਟਿਓ ਨਿਕ ਸਮੀਜ ਤੇ ਦਬੈ, ਤੇ ਕਹਿੰਦੇ ਸਿਰ ਪਾਟ ਗਿਆ, ਸਿਰ ਪਾਟਣ ਦੇ ਨਾਲ ਮਿੱਝ ਜਿਹੜੀ ਸਿਰ ਦੀ ਆ ਉਹ ਬਾਹਰ ਨਿਕਲ ਆਈ, ਨਾੜੀਆਂ ਸਿਰ ਦੀਆਂ ਜਿਹੜੀਆਂ ਸਨ, ਖੂਨ ਸਾਰਾ ਬਾਹਰ ਨਿਕਲ ਗਿਆ, ਸਿਰ ਪਾੜ ਗਿਆ। ਅਤੇ ਕਹਿੰਦੇ ਸਿਰ ਪਾਟਣ ਦੇ ਨਾਲ ਇਹ ਫਿਰ ਮੌਤ ਨੂੰ ਪਿਆਰਾ ਹੋ ਗਿਆ, ਜਮ ਇਸ ਨੂੰ ਆ ਕੇ ਲੈ ਗਏ ਹਨ। ਤਤ ਛਿਨ ਮਰਿਓ ਮੁਗਧ ਦੁੱਖ ਪਾਏ, ਤਤ ਛਿਨ ਛੇਤੀ ਦੇ ਨਾਲ, ਬਹੁਤਾ ਟਾਈਮ ਨਹੀਂ ਲੱਗਾ, ਕਹਿੰਦੇ ਇਸ ਮੂਰਖ ਨੇ ਗੁਰੂ ਦਾ ਬਚਨ ਨਹੀਂ ਸੰਭਾਲਿਆ, ਗੁਰੂ ਦੇ ਬਚਨ ਨੂੰ ਪਾਲਿਆ ਨਹੀਂ, ਇਸ ਕਰਕੇ ਕਹਿੰਦੇ ਉਹ ਦੋਖੇ ਨੂੰ ਪ੍ਰਾਪਤ ਹੋ ਗਿਆ ਕਿ ਛੇਤੀ ਦੇ ਨਾਲ ਇਹ ਦੁਸ਼ਟ ਮਰ ਗਿਆ ਹੈ। ਦਿਓ ਸਨਬੰਧਨ ਦਿਓ ਜਲਾਏ, ਤੇ ਜਿਹੜੇ ਸਨਬੰਧੀ ਸਨ ਉਹਨਾਂ ਨੇ ਚੁੱਕਿਆ ਇਹਨੂੰ, ਅਤੇ ਕਹਿਣ ਲੱਗੇ ਵੀ ਇਹ ਗੁਰੂ ਦੇ ਬਚਨ ਨਹੀਂ ਇਹਨੇ ਮੰਨੇ, ਚੁੱਕੇ ਰੱਖਿਆ ਲੱਕੜਾਂ ਦੇ ਉੱਪਰ, ਅੱਗ ਲਾ ਕੇ ਇਸ ਨੂੰ ਸਾੜ ਦਿੱਤਾ, ਇਸ ਦੀ ਅੰਤਿਮ ਕਿਰਿਆ ਕਰ ਦਿੱਤੀ ਹੈ। ਸੋਰਠਾ ਸਤਿਗੁਰ ਸੋ ਉਪਹਾਸ ਕਰੇ ਗਰਬ ਧਰਮ ਉਡ ਮਤ, ਸੋ ਕਵੀ ਜੀ ਇੱਕ ਬਚਨ ਸਾਡੇ ਅੱਜ ਪੱਲੇ ਬਣਦੇ ਨੇ, ਕਹਿੰਦੇ ਜਿਹੜਾ ਬੰਦਾ ਜਿਹੜਾ ਵਿਅਕਤੀ ਗੁਰੂ ਨੂੰ ਮਖੌਲ ਕਰਦਾ ਜਾਂ ਗੁਰੂ ਦੇ ਪੀਰ ਦੇ ਨਾਲ ਹਾਸੀ ਕਰਦਾ ਹੈ, ਜਿਹੜਾ ਬੰਦਾ ਹਾਸੀ ਕਰਦਾ ਮਖੌਲ ਕਰਦਾ ਉਹਨੂੰ ਮੂਰਖ ਕਿਹਾ ਜਾਂਦਾ ਦੁਨੀਆ ਦੇ ਵਿੱਚ। ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ, ਕਿਸੇ ਵਿਦਵਾਨ ਦੇ ਬਚਨ ਨੇ ਸਾਧੂਆਂ ਨੂੰ ਕੀਤਾ ਹੋਇਆ ਮਖੌਲ ਕੁੱਲ ਨੂੰ ਨਾਸ ਕਰ ਦਿੰਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਦੁਰਬਾਸਾ ਸਿਉਂ ਕਰਤ ਠਗੌਰੀ ਜਾਦਵ ਏ ਫਲ ਪਾਏ, ਦੁਰਬਾਸ਼ੇ ਦੇ ਨਾਲ ਜਾਦਵਾਂ ਨੇ ਮਖੌਲ ਹੀ ਕੀਤਾ ਸੀ,
ਅਤੇ ਮਖੌਲ ਦਾ ਫਲ ਇਹ ਮਿਲਿਆ, ਉਹਨਾਂ ਦੇ ਮੁੱਖੋਂ ਬਚਨ ਨਿਕਲ ਗਿਆ ਵੀ ਇਹਦੇ ਨਾਲ ਸਾਰੇ ਯਾਦਵ ਖਤਮ ਹੋਣਗੇ, ਅਤੇ ਉਹ ਪ੍ਰਾਪਤ ਹੋ ਗਿਆ ਸਾਰਾ ਕੁਝ। ਸਾਧੂ ਨੂੰ ਕਦੇ ਬਖੌਲ ਨਹੀਂ ਕਰਨਾ ਚਾਹੀਦਾ, ਕਦੇ ਉਪਹਾਸ ਨਹੀਂ ਕਰਨਾ ਚਾਹੀਦਾ, ਕਦੇ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਨਹੀਂ ਤਾਂ ਉਹਦਾ ਫਲ ਬੜਾ ਭਿਆਨਕ ਹੋਇਆ ਕਰਦਾ। ਕਵੀ ਜੀ ਅੱਜ ਸਾਨੂੰ ਇਹ ਬਚਨ ਦੱਸਦੇ ਪਏ, ਕਹਿਣ ਲੱਗੇ ਵੀ ਗੁਰੂ ਪੀਰ ਦੇ ਨਾਲ ਭਾਈ ਕਦੇ ਮਖੌਲ ਜਾਂ ਮਸ਼ਕਰੀ ਵਾਲਾ ਬਚਨ ਨਹੀਂ ਕਰਨਾ ਚਾਹੀਦਾ ਹੈ। ਤਤ ਛਿਨ ਹੋਏ ਬਿਨਾਸ਼ ਪਰੈ ਨਰਕ ਮਰਨ ਤੇ ਅਗਤ। ਤੇ ਜਿਹੜਾ ਬੰਦਾ ਕਰਦਾ ਹੈ ਨਾ, ਕਹਿੰਦੇ ਫਿਰ ਤਤ ਛਿਨ ਨੂੰ ਨਾਸ ਹੀ ਹੁੰਦਾ ਹੈ, ਅਤੇ ਉਹ ਬੇਗਤ ਹੋ ਗਏ, ਉਹਦੀ ਗਤ ਨਹੀਂ ਹੁੰਦੀ, ਨਰਕਾਂ ਵਿੱਚ ਹੀ ਜਾਂਦਾ ਜਿਹਨੇ ਗੁਰੂ ਦੇ ਬਚਨ ਨੂੰ ਨਹੀਂ ਸੰਭਾਲਿਆ ਜਾਂ ਮੋੜਿਆ ਜਾਂ ਜਿਹਨੇ ਮਸ਼ਕਰੀ ਕੀਤੀ ਹੈ। ਇਹ ਦੋ ਇਤਿਹਾਸ ਆਪਾਂ ਸਰਵਣ ਕੀਤੇ ਨੇ, ਇੱਕ ਹਰੀ ਕੇ ਨਗਰ ਦਾ ਜਿਹੜਾ ਸਰਦਾਰ ਹੈ, ਜਿਹੜਾ ਕੱਲ੍ਹ ਆਪਾਂ ਇਤਿਹਾਸ ਸੁਣਿਆ ਸੀ ਵੀ ਸਤਿਗੁਰਾਂ ਦਾ ਸਤਿਕਾਰ ਨਹੀਂ ਰੱਖਿਆ ਅਤੇ ਮਹਾਰਾਜ ਕਹਿੰਦੇ ਨਹੀਂ ਰਹੇਗਾ ਪਲੰਘ ਪੰਘੂੜਾ, ਸਰਦਾਰੀ ਖਤਮ ਹੋਵੇਗੀ। ਦੂਜਾ ਇਹ ਬਚਨ ਆਪਾਂ ਚੌਧਰੀ ਦਾ ਸਰਵਣ ਕੀਤਾ ਵੀ ਇਹਨੇ ਸਤਿਗੁਰਾਂ ਦਾ ਹੁਕਮ ਨਹੀਂ ਮੰਨਿਆ, ਆਗਿਆ ਵਿੱਚ ਨਹੀਂ ਰਿਹਾ, ਭੈ ਦੇ ਵਿੱਚ ਨਹੀਂ ਰਿਹਾ, ਅਤੇ ਤਾਂ ਇਹਨੂੰ ਇਹ ਫਲ ਮਿਲਿਆ। ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਅੰਗਦ ਸਾਹਿਬ ਦਾ ਕਿਸੇ ਨਾਲ ਵੈਰ ਨਹੀਂ, ਉਹ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਜਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ। ਇਹਨਾਂ ਬੰਦਿਆਂ ਦੀਆਂ ਆਪਣੀਆਂ ਕਰਤੂਤਾਂ ਨੇ ਇਹਨਾਂ ਨੂੰ ਉਹ ਫਲ ਦਿੱਤਾ, ਜਿਹੋ ਜਿਹੀ ਇਹਨਾਂ ਨੇ ਕਰਤੂਤ ਕੀਤੀ ਉਹੋ ਜਿਹਾ ਫਲ ਇਹਨਾਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਆਪ ਨਿਰਵੈਰ ਨੇ, ਕਿਸੇ ਨਾਲ ਉਹਨਾਂ ਦਾ ਵੈਰ ਨਹੀਂ ਹੈ, ਜਾਂ ਕਿਸੇ ਨੂੰ ਮਾੜਾ ਕਹਿ ਕੇ ਦੁੱਖ ਦੇ ਕੇ ਆਪਣੇ ਆਪ ਨੂੰ ਜਨਾਇਆ ਨਹੀਂ ਉਹਨਾਂ ਨੇ। ਪਰ ਜਿਹੜੇ ਭੈ ਨਹੀਂ ਰੱਖਦੇ, ਡਰ ਨਹੀਂ ਰੱਖਦੇ, ਕਰਤੂਤ ਮਾੜੀ ਕਰਦੇ, ਉਹ ਮਾੜੀ ਕਰਤੂਤ ਦਾ ਫਲ ਇਹੋ ਜਿਹਾ ਹੀ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ। ਇਹ ਸਿਧਾਂਤ ਸਾਨੂੰ ਇਹਦੇ ਵਿੱਚੋਂ ਲੱਭਿਆ ਹੈ, ਸਾਨੂੰ ਪ੍ਰਾਪਤ ਹੋਇਆ। ਜਿਹਨੇ ਜਿਹਨੇ ਅਵੱਗਿਆ ਕੀਤੀ ਹੈ, ਗੁਰੂ ਦੀ ਨਿਰਾਦਰੀ ਕੀਤੀ ਹੈ, ਉਹ ਕਦੇ ਲੋਕ ਪ੍ਰਲੋਕ ਦੇ ਵਿੱਚ ਸੁਖੀ ਨਹੀਂ ਰਹਿੰਦਾ। ਇਹ ਸਿਧਾਂਤ ਸਤਿਗੁਰੂ ਜੀਆਂ ਨੇ ਸਾਨੂੰ ਇਹਦੇ ਵਿੱਚੋਂ ਦ੍ਰਿੜ ਕਰਵਾਇਆ ਹੈ। ਗੁਰੂ ਕਿਰਪਾ ਕਰੇ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਸਾਡਾ ਭਲਾ ਹੋ ਜਾਵੇ ਅਤੇ ਸਾਨੂੰ ਨਾਮ ਬਾਣੀ ਦੀਆਂ ਦਾਤਾਂ ਪ੍ਰਾਪਤ ਹੋਣ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਤਿਗੁਰੂ ਰਹਿਮਤ ਕਰੇ ਸਾਡਾ ਭਲਾ ਹੋਵੇ। ਲਿਖ ਹੈ ਕਤ ਹੈ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੋਰਠਾ ਸਤਿਗੁਰ ਸੋ ਉਪਹਾਸ ਕਰੇ ਗਰਭ ਧਰ ਮੂੜ ਮਤ ਤਤ ਛਿਨ ਹੋਏ ਬਿਨਾਸ਼ ਪਰੈ ਨਰਕ ਮਰਨ ਤੇ ਅਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।